हालेलुया। सो असीं देख रहे सी बाइबल विचों पिछले दिनों दे विच कि प्रार्थना दे नियम और प्रार्थना दी ताकत। सो अज असीं उहदे 16वें हिस्से दे विच जा रहे हैं। सुखदाम खुदा ने लगभग 15 घंटे सानू इस चीज़ दे उत्ते सिखाया और अगे असीं देखांगे पवित्र बाइबल दा ये वचन सानू होर की समझाउंदा है। सो निजम तो बिना कीती गई प्रार्थना परमेश्वर नूं कबूल नहीं है। जिहड़ा उहदी नहीं सुणदा परमेश्वर भी फिर उहदी सुणदा नहीं है। और सानू अपने दिमाग दे विचों इह गल हमेशा कढ देणी चाहीदी है कि कोई गल नहीं, उह दयालु ते कृपालु आ, इस लई जदों जरूरत होवेगी ते फिर असीं उहदे अगे घुटने टेक देवांगे ते उह साडी सुण लवेगा। सो परमेश्वर नूं असीं अपने मतलब दे लई इस्तेमाल नहीं कर सकते। परमेश्वर नूं असीं अपने मतलब दे लई इस्तेमाल नहीं कर सकते क्योंकि उह भस्म करन वाली आ गया। की है भला उह भस्म करन वाली आ गया? उह जिन्ना दयालु ते कृपालु आ ओना ही उह खतरनाक भी है। हालेलुया। सो जिहड़े भलाई दे विच रहिंदे आ ते भलाई नूं देखणा चाहुंदे आ उहनां दे लई उह भला आ, ते जिहड़े पाप दे विच खुश रहिंदे आ और शरीर दीआं अभिलाषावां दे उत्ते कंट्रोल नहीं करदे उहनां दे लई फिर उह भस्म करन वाली अग भी है। पिछले दिनों जदों सिखिआ सी किसे दा लिहाज करदा अब्राहम नूं, उहने दोस्त कहा कहिंदा क्यों मैं कोई जो करना है उत्तों क्यों मैं छुपावां, लेकिन अब्राहम दी गलती नूं बख्शिआ। दाऊद नूं कहिंदा मेरे दिल नूं भाउण वाला बंदा है, मेरे दिल दे नज़दीक रहण वाला बंदा है, पर जदों दाऊद ने गलती कीती ते बख्शिआ नहीं। दाऊद बैठा रहा बेचारा अपने बच्चे दे लई प्रार्थना करदा रहा पर परमेश्वर ने उहदी सुनी नहीं। जदकि जिन्ना उह नज़दीक सीगा जदों उह अपने बेटे लई प्रार्थना करदा सी रब नूं, शायद उहदी साडे सहयाद नाल की है भला सुन लैणी चाहीदी सी, पर रब ने उहदी दुआ दा जवाब दित्ता नहीं। ਉਹ ਤਖਤ ਨੂੰ ਛੱਡ ਕੇ ਤੇ ਭੁੰਜੇ ਜ਼ਮੀਨ ਤੇ ਬੈਠ ਗਿਆ ਤੇ ਰੱਬ ਦੇ ਅੱਗੇ ਤਰਲੇ ਕਰਦਾ ਰਿਹਾ। ਪਰ ਜਿਹੜਾ ਪਾਪ ਉਹਨੇ ਕੀਤਾ ਸੀ ਪਰਮੇਸ਼ਵਰ ਨੇ ਉਸ ਪਾਪ ਨੂੰ ਮਾਫ਼ ਕੀਤਾ, ਉਸ ਪਾਪ ਨੂੰ ਮਾਫ਼ ਨਹੀਂ ਕੀਤਾ ਤੇ ਉਸ ਪਾਪ ਦੇ ਬਦਲੇ 'ਚ ਉਹਦੇ ਪੁੱਤਰ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਲੇਕਿਨ ਉੱਥੇ ਦਾਊਦ ਦੀ ਅਸੀਂ ਇੱਕ ਖੂਬੀ ਵੀ ਦੇਖਦੇ ਹਾਂ ਨਾਲ ਨਾਲ ਜਿਹਨਾਂ ਦਾ ਕਰਕੇ ਬਚਿਆ ਰਿਹਾ। ਜਦੋਂ ਤੱਕ ਤੇ ਉਹ ਬਿਮਾਰੀ ਦੀ ਹਾਲਤ ਵਿੱਚ ਸੀ ਉਹਦਾ ਬੇਟਾ, ਜਦੋਂ ਤੱਕ ਤੇ ਉਹ ਮੌਤ ਦੇ ਮੂੰਹ ਦੇ ਵਿੱਚ ਸੀਗਾ ਉਦੋਂ ਤੱਕ ਜਦੋਂ ਤੱਕ ਉਹਨੂੰ ਉਮੀਦ ਸੀ ਉਹ ਪ੍ਰਾਰਥਨਾ ਕਰਦਾ ਰਿਹਾ। ਪਰ ਜਦੋਂ ਉਹਦੇ ਟਹਿਲੂਆਂ ਨੇ ਆ ਕੇ ਦੱਸਿਆ ਵੀ ਤੇਰਾ ਪੁੱਤਰ ਮਰ ਗਿਆ ਹੈ ਤੇ ਫਿਰ ਦਾਊਦ ਇੱਕਦਮ ਉੱਥੋਂ ਉੱਠਿਆ। ਕੀ ਕੀਤਾ ਭਲਾ ਉਹਨੇ? ਫਿਰ ਹੁਣ ਨਹੀਂ ਉਹਨੇ ਵਿਲੰਬ ਕੀਤਾ ਵੀ ਚਲੋ ਮੈਂ ਇੱਕ ਵਾਰੀ ਫਿਰ ਦੁਆ ਕਰਕੇ ਦੇਖਦਾ ਵੀ ਸ਼ਾਇਦ ਮੇਰੀ ਸੁਣ ਲਵੇ ਤੇ, ਪਰ ਕੀ ਲਿਖਿਆ ਭਲਾ ਇੱਕਦਮ ਆਪਣੀ ਜਗ੍ਹਾ ਤੋਂ ਉੱਠ ਗਿਆ। ਉਹ ਵੀ ਜਫਤਾਹ ਵਾਂਗੂ ਫੈਸਲੇ ਲੈਣ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਕਰ ਸਕਦਾ ਸੀਗਾ, ਉਹ ਵੀ ਕਈ ਤਰ੍ਹਾਂ ਦੀਆਂ ਪਲਾਨਿੰਗ ਕਰ ਸਕਦਾ ਸੀ, ਪਰ ਲਿਖਿਆ ਵੀ ਉਹ ਉੱਠ ਗਿਆ ਤੇ ਜਾ ਕੇ ਉਹਨੇ ਆਪਣੇ ਆਪ ਨੂੰ ਫਰੈਸ਼ ਕੀਤਾ। ਸੋ ਪ੍ਰਾਰਥਨਾ ਕੀਤੀ ਕਿ ਬੱਚੇ ਦੀ ਜ਼ਿੰਦਗੀ ਬਖਸ਼ ਦਿੱਤੀ ਜਾਵੇ, ਪਰ ਪਰਮੇਸ਼ਵਰ ਨੇ ਉਹਦੇ ਪਾਪ ਦੀ ਸਜ਼ਾ ਉਹਨੂੰ ਦਿੱਤੀ ਅਤੇ ਉਹਦੇ ਬੇਟੇ ਦੀ ਜ਼ਿੰਦਗੀ ਨੂੰ ਬਖਸ਼ਿਆ ਨਹੀਂ। ਅਤੇ ਜਦੋਂ ਪਤਾ ਲੱਗਿਆ ਵੀ ਮਰ ਗਿਆ ਅਤੇ ਫਿਰ ਟਹਿਲੂਆਂ ਦੇ ਕਹਿਣ ਦੇ ਉੱਤੇ ਉਹਨੇ ਫਿਰ ਜਦੋਂ ਸੁਣਿਆ ਅਤੇ ਫਿਰ ਲਿਖਿਆ ਉੱਠਿਆ ਅਤੇ ਜਾ ਕੇ ਉਹਨੇ ਆਪਣੇ ਆਪ ਨੂੰ ਫਰੈਸ਼ ਕੀਤਾ ਅਤੇ ਸ਼ਾਹੀ ਪੁਸ਼ਾਕ ਪਹਿਨੇ ਅਤੇ ਜਾ ਕੇ ਤਖ਼ਤ ਦੇ ਉੱਤੇ ਵਿਰਾਜਮਾਨ ਹੋ ਗਿਆ। ਉਹਦੇ ਨਜ਼ਦੀਕੀਆਂ ਨੇ ਉਹਦੇ ਉਸ ਦੁੱਖ ਭਰੇ ਸਮੇਂ ਨੂੰ ਵੀ ਦੇਖਿਆ ਜਦੋਂ ਉਹ ਇੰਨਾ ਦੁਖੀ ਸੀ ਆਪਣੇ ਬੱਚੇ ਦੀ ਜ਼ਿੰਦਗੀ ਨੂੰ ਲੈ ਕੇ। ਔਰ ਉਸ ਤੋਂ ਪਹਿਲਾਂ ਵੀ ਪਰਮੇਸ਼ਵਰ ਨੇ ਕਈਆਂ ਨੂੰ ਜੀਵਨ ਦਾਨ ਦਿੱਤਾ ਸੀ, ਸੋ ਦਾਊਦ ਦੇ ਬੇਟੇ ਨੂੰ ਵੀ ਜੀਵਨ ਦਾਨ ਮਿਲ ਸਕਦਾ ਸੀ ਪਰ ਮਿਲਿਆ ਨਹੀਂ। ਅਤੇ ਫਿਰ ਟਹਿਲੂ ਨੇ ਕਿਹਾ ਕਹਿੰਦੇ ਵੀ ਜਦੋਂ ਤੇ ਤੱਕ ਤੇ ਉਹ ਜਿਉਂਦਾ ਸੀਗਾ ਉਦੋਂ ਤੱਕ ਤੇ ਤੂੰ ਆਪਣੇ ਆਪ ਨੂੰ ਇੰਨਾ ਕਸ਼ਟ ਵਿੱਚ ਪਾਇਆ ਅਤੇ ਹੁਣ ਉਹ ਮਰ ਗਿਆ ਅਤੇ ਤੇਰੇ ਚਿਹਰੇ ਤੋਂ ਇੱਕਦਮ ਉਦਾਸੀ ਵਗੈਰਾ ਸਭ ਕੁਛ ਹੀ ਗੁੱਲ ਹੋ ਗਈ ਵੀ ਇਹਦਾ ਕੀ ਕਾਰਨ ਆ। ਉਹ ਕਹਿੰਦਾ ਜਦੋਂ ਤੱਕ ਉਮੀਦ ਸੀ ਨਾ, ਜਦੋਂ ਤੱਕ ਉਹ ਜਿਉਂਦਾ ਸੀ ਉਦੋਂ ਤੱਕ ਕੀ ਸੀ? ਉਮੀਦ ਸੀ।
ਜਦੋਂ ਤੱਕ ਜਿਉਂਦਾ ਸੀ ਉਦੋਂ ਤੱਕ ਉਮੀਦ ਸੀ ਵੀ ਸ਼ਾਇਦ ਪਰਮੇਸ਼ਵਰ ਮੇਰੇ ਪਾਪ ਨੂੰ ਮਾਫ ਕਰੇ ਤੇ ਇਹਨੂੰ ਜੀਵਨ ਬਖਸ਼ ਦੇਵੇ। ਪਰ ਹੁਣ ਜਦੋਂ ਉਹ ਲੈ ਗਿਆ ਤੇ ਇਹਦਾ ਮਤਲਬ ਇਹ ਆ ਵੀ ਪਰਮੇਸ਼ਵਰ ਦੀ ਇਹੋ ਹੀ ਇੱਛਾ ਸੀ। ਹਾਲੇਲੂਇਆ। ਪਰਮੇਸ਼ਵਰ ਦੀ ਕੀ ਸੀ? ਇਹੋ ਹੀ ਇੱਛਾ ਸੀ। ਸੋ ਜਿਹੜੀ ਅਸੀਂ ਸਿੱਖੀ ਗੱਲ ਉਹ ਇਹ ਆ ਵੀ ਦਾਊਦ ਨੂੰ ਪਰਮੇਸ਼ਵਰ ਬਹੁਤ ਪਿਆਰ ਕਰਦਾ ਸੀ ਔਰ ਦਾਊਦ ਵੀ ਪਰਮੇਸ਼ਵਰ ਦੇ ਬਹੁਤ ਨਜ਼ਦੀਕ ਸੀ। ਬਾਵਜੂਦ ਇਹਦੇ ਭਾਵੇਂ ਉਹਦਾ ਕਿੰਨਾ ਵੀ ਕੋਈ ਨਜ਼ਦੀਕੀ ਕਿਉਂ ਨਾ ਹੋਵੇ, ਇਹ ਸਾਰੇ ਲੋਕ ਸਾਡੇ ਲਈ ਇੱਕ ਉਦਾਹਰਣ ਅਤੇ ਐਗਜ਼ੈਂਪਲ ਆ ਵੀ ਭਾਵੇਂ ਕਿੰਨਾ ਵੀ ਅਸੀਂ ਉਹਦੇ ਕਲੋਜ਼ ਹੋਈਏ ਪਰ ਜੇ ਅਸੀਂ ਉਹਦੇ ਨਿਯਮ ਤੋਂ ਬਾਹਰ ਜਾਂਦੇ ਹਾਂ ਫਿਰ ਉਹ ਸਾਡਾ ਦੋਸਤ ਨਹੀਂ ਬਲਕਿ ਦੁਸ਼ਮਣ ਆ। ਫਿਰ ਭੁੱਲ ਜਾਓ ਦਿਆਲੂ ਤੇ ਕਿਰਪਾਲੂ ਆ, ਕਿਉਂਕਿ ਲਿਖਿਆ ਪਾਪ ਤੋਂ ਉਹਨੂੰ ਨਫ਼ਰਤ ਆ, ਪਾਪ ਤੋਂ ਉਹਨੂੰ ਘਿਰਨਾ ਆ, ਪਾਪ ਦੀ ਮਜ਼ਦੂਰੀ ਮੌਤ ਆ, ਪਾਪ ਨੂੰ ਉਹ ਪਸੰਦ ਹੀ ਕਰਦਾ ਨਹੀਂ। ਸੋ ਜਦੋਂ ਨਿਯਮ ਵਾਲਾ ਖੁਦਾ ਆਇਆ ਤੇ ਫਿਰ ਸਾਨੂੰ ਇਹਨਾਂ ਤੋਂ ਸਬਕ ਲੈ ਕੇ ਕੀ ਚਾਹੀਦਾ? ਭਲਾ ਅਸੀਂ ਵੀ ਕੀ ਰਹੀਏ? ਭਲਾ ਨਿਯਮਾਂ ਦੇ ਵਿੱਚ ਰਹੀਏ, ਜੈਸਾ ਉਹ ਸਾਡੇ ਤੋਂ ਉਮੀਦ ਰੱਖਦਾ ਹੈ ਅਸੀਂ ਵੈਸਾ ਹੀ ਕਰੀਏ। ਸੋ ਨਿਯਮ ਆ, ਨਿਯਮ ਦੇ ਵਿੱਚ ਅਸੀਂ ਦੇਖਦੇ ਹਾਂ ਪਰਮੇਸ਼ੁਰ ਨੇ ਕੋਈ ਵੀ ਕੰਮ ਬੇਨਿਯਮੀ ਵਿੱਚ ਨਹੀਂ ਕੀਤਾ। ਉਹਨੇ ਫਰਿਸ਼ਤਿਆਂ ਦੀ ਰਚਨਾ ਕੀਤੀ, ਫਰਿਸ਼ਤਿਆਂ ਦੇ ਵਿੱਚ ਉਹਨੇ ਫਿਰ ਜ਼ਿੰਮੇਵਾਰੀਆਂ ਦਿੱਤੀਆਂ, ਡਿਊਟੀਆਂ ਦਿੱਤੀਆਂ ਔਰ ਇੱਕ ਟੀਮ ਵਰਕ ਸ਼ੁਰੂ ਕੀਤਾ ਉਹਨੇ। ਪਰਮੇਸ਼ੁਰ ਸਮਰਥੀ ਹੈ, ਸਭ ਕੁਛ ਕਰਨ ਦੀ ਕੁਦਰਤ ਰੱਖਦਾ ਹੈ, ਬਾਵਜੂਦ ਇਹਦੇ ਫਿਰ ਵੀ ਉਹਨੇ ਇੱਕ ਟੀਮ ਨੂੰ ਤਿਆਰ ਕੀਤਾ ਸਾਰੇ ਕੰਮ ਨੂੰ ਕਰਨ ਦੇ ਵਾਸਤੇ। ਉਹਦੇ ਵਿੱਚ ਫਰਿਸ਼ਤਿਆਂ ਦੀਆਂ ਡਿਊਟੀਆਂ ਲਗਾਈਆਂ, ਜਬਰਾਇਲ ਦੀ ਆਪਣੀ ਜ਼ਿੰਮੇਵਾਰੀ ਹੈ, ਮਿਕਾਇਲ ਦੀ ਆਪਣੀ ਜ਼ਿੰਮੇਵਾਰੀ ਹੈ, ਲੂਸੀਫਰ ਦੀ ਆਪਣੀ ਜ਼ਿੰਮੇਵਾਰੀ ਸੀਗੀ। ਟੀਮ ਸ਼ੁਰੂ ਕੀਤੀ ਅਤੇ ਟੀਮ ਜਦੋਂ ਤੱਕ ਤੇ ਨਿਯਮਾਂ ਵਿੱਚ ਰਹੀ ਉਦੋਂ ਤੱਕ ਤੇ ਰਿਹਾ ਸਭ ਕੁਛ ਠੀਕ ਅਤੇ ਟੀਮ ਦੇ ਵਿੱਚ ਇੱਕ ਬੰਦਾ ਹੀ ਵਿਗੜਿਆ। ਕਿੰਨੇ? ਇੱਕ ਬੰਦਾ ਟੀਮ ਦੇ ਵਿੱਚ ਇੱਕ ਬੰਦਾ ਵਿਗੜ ਗਿਆ। ਉਹਦਾ ਸਿਸਟਮ ਦੇਖੋ ਉਸ ਪਰਮੇਸ਼ੁਰ ਦਾ ਨਿਯਮ ਕੀ ਆ। ਇੱਕ ਬੰਦਾ ਵਿਗੜਿਆ ਅਤੇ ਪਰਮੇਸ਼ੁਰ ਦਾ ਉਹ ਪਵਿੱਤਰ ਸਥਾਨ ਹੀ ਉਹਨੂੰ ਇੱਦਾਂ ਦਾ ਜਾਪਿਆ ਵੀ ਉਹਨੇ ਕਿਹਾ ਨਹੀਂ, ਹੁਣ ਇਸ ਲੂਸੀਫਰ ਦੇ ਪਾਪ ਦੇ ਕਾਰਨ ਜਿਹੜਾ ਨਾ ਇਹ ਸਭ ਕੁਛ ਇਸ ਥਾਂ ਦੇ ਉੱਤੇ ਪ੍ਰਵੇਸ਼ ਕੀਤਾ ਆ, ਇਸ ਲਈ ਹੁਣ ਇਹ ਸਭ ਕੁਛ ਨਸ਼ਟ ਕਰਨਾ ਪੈਣਾ। ਅਤੇ ਪਰਮੇਸ਼ੁਰ ਨੇ ਉਹ ਧਰਤੀ ਜਿਹੜੀ ਪਹਿਲਾਂ ਸੋਨੇ ਦੀ ਸੀ ਉਹਨੂੰ ਸਾੜ ਦਿੱਤਾ ਪੂਰੀ ਤਰ੍ਹਾਂ ਅੱਗ ਦੇ ਨਾਲ। ਸੋਨੇ ਨੂੰ ਕੋਈ ਨਹੀਂ ਸਾੜ ਸਕਦਾ ਦੁਨੀਆਂ ਦੇ ਵਿੱਚ, ਲੇਕਿਨ ਪਰਮੇਸ਼ੁਰ ਦੇ ਕ੍ਰੋਧ ਦੀ ਅੱਗ ਦੇ ਵਿੱਚ ਕੁਛ ਬਚਦਾ ਵੀ ਨਹੀਂ, ਪਰਮੇਸ਼ੁਰ ਦੇ ਕ੍ਰੋਧ ਦੀ ਅੱਗ ਦੇ ਵਿੱਚ ਕੁਛ ਬਚਦਾ ਵੀ ਨਹੀਂ ਹੈ। ਸੋ ਉਹਨੂੰ ਫਿਰ ਸਾੜਿਆ, ਸਾੜ ਕੇ ਫਿਰ ਪਾਣੀ ਦੇ ਵਿੱਚ ਡੁਬੋ ਦਿੱਤਾ। ਉਹਦੇ ਨਾਲ ਜਿੰਨੇ ਵੀ ਫਰਿਸ਼ਤੇ ਸੀਗੇ ਕੁਛ ਨੂੰ ਉਹਨੇ ਹਜ਼ੂਰੋਂ ਕੱਢਿਆ ਅਤੇ ਕੁਛ ਨੂੰ ਉਹਨੇ ਬੰਧਨਾਂ ਦੇ ਵਿੱਚ ਪਾ ਦਿੱਤਾ। ਅੱਜ ਵੀ ਉਹ ਫਰਿਸ਼ਤੇ ਬੰਧਨਾਂ ਦੇ ਵਿੱਚ ਹੀ ਆ, ਉਹਨਾਂ ਨੂੰ ਆਜ਼ਾਦ ਕੀਤਾ ਗਿਆ ਨਹੀਂ ਹੈ। ਔਰ ਉਹ ਇੰਨੇ ਕੁ ਖਤਰਨਾਕ ਆ, ਉਹ ਪਰਮੇਸ਼ੁਰ ਜਾਣਦਾ ਹੈ, ਵਚਨ ਦੱਸਦਾ ਵੀ ਇੰਨੇ ਖਤਰਨਾਕ ਆ ਉਹ ਕਿ ਅਗਰ ਉਹਨਾਂ ਨੂੰ ਛੱਡ ਦਿੱਤਾ ਜਾਵੇ ਨਾ ਤਾਂ ਇੱਕ ਇੱਕ ਫਰਿਸ਼ਤਾ ਇੱਕ ਇੱਕ ਗ੍ਰਹਿ ਨੂੰ ਬਰਬਾਦ ਕਰ ਸਕਦਾ। ਏਡੇ ਸ਼ਕਤੀਸ਼ਾਲੀ ਉਹ ਦੂਤ ਆ ਜਿਹੜੇ ਲੂਸੀਫਰ ਦੇ ਨਾਲ ਮਿਲ ਗਏ ਸੀ, ਜਿਹਨਾਂ ਨੇ ਉਹ ਬਗਾਵਤ ਕੀਤੀ ਅਤੇ ਲੂਸੀਫਰ ਦੇ ਅੰਦਰੋਂ ਵੀ ਉਹਦੀ ਸਾਰੀ ਤਾਕਤ ਨੂੰ ਪਰਮੇਸ਼ੁਰ ਨੇ ਜਿਹੜੀ ਸਵਰਗੀ ਤਾਕਤ ਸੀ ਉਹਨੂੰ ਕੱਢ ਲਿਆ ਅਤੇ ਬਾਕੀ ਜਿਹੜੀ ਸ਼ੈਤਾਨੀ ਤਾਕਤ ਸੀ ਉਹਦੇ ਅੰਦਰ ਹੀ ਆ। ਜਿਵੇਂ ਆਦਮ ਦੇ ਵਿੱਚੋਂ ਉਹਨੇ ਆਪਣਾ ਹਿੱਸਾ ਅਲੱਗ ਕਰ ਲਿਆ, ਉਸੇ ਤਰ੍ਹਾਂ ਹੀ ਲੂਸੀਫਰ ਦੇ ਲਿਖਿਆ ਨਾ ਉਹਦੇ ਵਿੱਚੋਂ ਅੱਗ ਨਿਕਲੀ ਅਤੇ ਉਹਨੂੰ ਭਸਮ ਕਰ ਗਏ। ਸੋ ਨਿਯਮ ਸੀਗਾ ਅਤੇ ਟੀਮ ਵਰਕ ਸ਼ੁਰੂ ਕੀਤਾ ਪਰਮੇਸ਼ੁਰ ਨੇ। ਟੀਮ ਦੇ ਵਿੱਚ ਇੱਕ ਬੰਦਾ ਬੇਨਿਯਮੀ ਵਿੱਚ ਗਿਆ ਅਤੇ ਉਹਨੇ ਉਹ ਸਾਰਾ ਸਿਸਟਮ ਹੀ ਉਲਟ ਪੁਲਟ ਕਰਕੇ ਅਤੇ ਸਭ ਕੁਛ ਨਵੇਂ ਸਿਰੇ ਪੈਦਾ ਕੀਤਾ। ਫਿਰ ਅਸੀਂ ਇਸ ਧਰਤੀ ਦੀ ਰਚਨਾ ਨੂੰ ਦੇਖਦੇ, ਇਸ ਯੂਨੀਵਰਸਲ ਦੀ ਰਚਨਾ ਨੂੰ ਦੇਖਦੇ ਹਾਂ ਕਿ ਪਰਮੇਸ਼ੁਰ ਨੇ ਕਿਵੇਂ ਕਿਵੇਂ ਫਿਰ ਦੁਬਾਰਾ ਇਸ ਯੂਨੀਵਰਸਲ ਦੀ ਰਚਨਾ ਕੀਤੀ। ਔਰ ਇਸ ਰਚਨਾ ਦੇ ਬਾਰੇ ਸਿਰਫ ਦੁਨੀਆਂ ਦੇ ਵਿੱਚ ਇੱਕੋ ਇੱਕ ਧਾਰਮਿਕ ਕਿਤਾਬ ਆ ਜਿਹੜੀ ਦੱਸਦੀ, ਹੋਰ ਕਿਸੇ ਵੀ ਕਿਤਾਬ ਦੇ ਵਿੱਚ ਤੁਹਾਨੂੰ ਇਹੋ ਜਿਹਾ ਕੋਈ ਮਿਲੂਗਾ ਨਹੀਂ ਹੈ ਕਿ ਪਰਮੇਸ਼ੁਰ ਨੇ ਰਚਨਾ ਕਿੱਦਾਂ ਕੀਤੀ। ਕੋਈ ਕਹਿੰਦਾ ਉਹ ਸਿੰਘ ਦੇ ਉੱਤੇ ਧਰਤੀ ਟਿਕੀ ਹੋਈ ਹੈ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਕਹਿੰਦਾ ਨਾਗ ਦੀ ਧੌਣ ਦੇ ਉੱਤੇ ਹੈ। ਸੋ ਉਹ ਇੱਦਾਂ ਦੀਆਂ ਗੱਲਾਂ ਲੱਗਦੀਆਂ ਸੁਣ ਕੇ ਜਿੱਦਾਂ ਕੋਈ ਬੱਚਿਆਂ ਨੂੰ ਕੋਈ ਪਹਾੜਾ ਪੜ੍ਹਾ ਰਿਹਾ ਹੋਵੇ, ਲੇਕਿਨ ਵਚਨ ਦੱਸਦਾ ਹੈ ਸ਼ਬਦ ਦੇ ਨਾਲ ਸਭ ਕੁਛ ਰਚਿਆ ਗਿਆ। ਔਰ ਇਸ ਚੀਜ਼ ਤੋਂ ਕੋਈ ਦੁਨੀਆਂ ਦਾ ਬੰਦਾ ਇਨਕਾਰ ਕਰ ਸਕਦਾ ਨਹੀਂ ਹੈ। ਉਹਦੇ ਸ਼ਬਦ ਦੇ ਵਿੱਚ ਤਾਕਤ ਹੈ, ਉਹਦੇ ਸ਼ਬਦ ਦੇ ਵਿੱਚ ਜ਼ਰੂਰਤ ਹੈ, ਉਹ ਸ਼ਬਦ ਕਹਿੰਦਾ ਤੇ ਹੋ ਜਾਂਦਾ। ਸੋ ਇਸ ਲਿਖਿਆ ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਹੀ
परमेश्वर से सब कुछ उस द्वारा रचा गया, रचना विच कोई भी चीज उस बिना नहीं रची गई, तो शब्द यसु मसीह। सो इन्नी बरीकी दे नाल परमेश्वर सानू जदों वचन समझाउंदा ते खोल के समझाउंदा ते फिर भी असी अनजाण रहीए ते फिर बड़ी खतरनाक गल है। सो टीम वर्क दे उत्ते अज असी थोड़ा सीखांगे कि अगर असी चाहुंदे आ कि साडियां प्रार्थनावां खुदावंद खुदा सुने, ते खुदावंद खुदा जिहड़ा निजम पसंद खुदा आ उह इह भी निजम उहने बणाया आ कि टीम जिहड़ी है ना उह कम करे। किवें करे भला? टीम काम करनी चाहिए। यसु मसीह नूं असीं इस धरती उत्ते आउंदिआं वेखदे आं, यसु मसीह नूं जदों असीं बॉडी विच देखदे आं ते असीं इक आम मनुख दी तरह उहनूं वेखदे आं, लेकिन जदों उहनूं काम करदे वेखदे आं ते फिर पता लगदा वी इह परमेश्वर ते इलावा कोई दूसरा कर सकदा। जदों अन्ने दीआं अक्खां नूं परमेश्वर दे फजल दे विच असीं देखदे आं कि जदों यसु मसीह ने अन्ने दीआं अक्खां नूं चंगिआं कीता, उदों इसराइलीआं ने आप गवाही दे दित्ती वी जन्म दे अन्ने नूं परमेश्वर तो सिवा कोई दूजा ठीक कर सकता नहीं है। सो आप ही गवाही दिंदे भी है, कौन है भला? आप ही गवाही दिंदे ते आप ही मुकरदे भी है। आप ही गवाही की दिंदे भला? परमेश्वर तो बिना कोई दूजा काम कर सकता नहीं है। चार दिन दे मरे हुए लाजर नू परमेश्वर तो इलावा कोई दूजा कब्र तो बाहर बुला सकता नहीं है। सो इना कुछ जो असि देखते हैं परमेश्वर के प्रबंध नू, असि यसु मसीह दे इस सिस्टम नू धरती उत्ते आउंदे जो देखते हैं तो की देखते हैं? यसु मसीह ने बारह चेलियां का चुनाव किया। की किया जी भला? यसु मसीह कला कर सकता सी प्रचार कि नहीं? हाँ जी, कोई काम मुश्किल नहीं सी। लेकिन परमेश्वर की एक योजना है, बिना योजना तो कोई भी काम वो करता ही नहीं है। सो उन्हां बारह का चुनिया जाना लिखतां के मुताबिक ही सीगा। की सी भला? लिखतां के मुताबिक। उहदे विच इक गरदार नूं भी चुनिया, वह भी लिखता दे। गरदार अचानक नहीं आ गया, जिदा साढ़े अचानक गरदार आ जाते, वह अचानक नहीं आया। उन्हू जो आया आ कि प्रभु यसु मसीह जानता सी गरदार है, उन्हें तो जन्म तो पहला तो जानता प्रभु यसु मसीह कौन है भला, क्योंकि यो दौद जो असं गल करते उन्हें ही आने दया भविष्यवाणियां कीतियां हुई भी वह जिन्हें उन्होंने फड़ा है वह इस तरह उन्होंने फड़ावेगा, किवें किवें उहदा सौदा कीता जावेगा, किवें किवें फिर वह आप आत्महत्या करेगा, उहदियां भी सारियां भविष्यवाणियां पहलां तो ही होईयां पईयां सीगियां। सो वह सब कुछ जदों असीं देखदे आं ते उहनूं भी चुणिआ ते टीम एक शुरू कीती, ते जे उहनूं चुणिआ ते उहदा असीं देखदे भी आं भी इक बंदा जिहड़ा ना वह जदों गरदार निकलिआ ते बेशक लिखतां ते कहिंदे आ वी प्रभु यसु मसीह कुरबान होण दे लई ही आया सी, लेकिन किसी की वजह हैगी है विच, तो उहदे बारे यसु मसीह आप ही कहिंदा, कहिंदा चंगा हुंदा उह जम्मदा ही ना। की हुंदा भला? चंगा हुंदा उह जम्मदा ही ना, जद कि पता भी उह कौन आ। उह जदों उहनूं आके चुम्मदा आया तो उहनूं कहिंदा भी आ, कहिंदा भी की तूं मैनूं चुम्मे दे नाल फड़ाउणा? उहदियां सारियां गतिविधियां भी दसियां जांदियां, जिहड़ा जिहदा हत्थ मेरे कटोरे दे विच आ ना उहो ही आ, सब कुछ दसिया भी जाता है। लेकिन बावजूद ये यसु मसीह ने उन्होंने किन्ने साल नाल रखिया? साढ़े तीन साल तक उन्होंने नाल रखिया, तो वह भी एक टीम दे विच काम करता रहा, तो उस टीम दे विच एक गरदार निकलिया जिन्हें यसु मसीह नूं फड़वाया। कादे लई भला? की सीगा विच मंतव? की सीगा यसु मसीह नूं फड़ाउण दे पिछे दा मंतव? की सी लालची नूं बाइबल दसदी है मूर्ति पूजक दे बराबर आ। परमेश्वर नूं अगर नफरत है किसी चीज तो वह कहता भला पाप तो, ते पाप दे विच जिहड़ी सब तो वड्डी कारण जिहड़ा वह की है भला? मूर्ति पूजा। सब तो जिस चीज तो परमेश्वर नूं घिरना वह की है भला? मूर्ति पूजा तो परमेश्वर नूं खास करके घिरना है। ते लालची दी जिहड़ी तुलना किहदे नाल कीती गई भला? बोलो तां किहदे नाल? लालची जिहड़ा करदा है वह किहदे बराबर है भला? मूर्ति पूजे के बराबर है। तो यह वह पाप आ कहना जो तू अपने भरा पाप करदे वेखे ना, कोई ऐसा पाप करदे वेखे जिहड़ा मौत का कारण नहीं, तो तू उहदे वास्ते प्रार्थना करूंगा तो मैं रहम करांगा। पर एक पाप कहना ऐसा भी है उहदे वास्ते नहीं, मैं कहना भी तुसी प्रार्थना करो क्योंकि वह पाप परमेश्वर माफ करेगा। वह इहो ही उहदे अंत च जाके लिखिया मूर्तियां तो बचे रहो। की लिखिया भला? उस सबजैक्ट विच लास्ट च जाके लिखिया मूर्तियां तो बचे रहो। सो लालच नूं मूर्ति दे नाल तुलना कीती गई,
ਕਿ ਲਾਲਚੀ ਬੰਦਾ ਕਿਹਦੇ ਬਰਾਬਰ ਹੈ ਭਲਾ? ਮੂਰਤੀ ਪੂਜਕ ਦੇ ਬਰਾਬਰ ਆ, ਤੇ ਇਹ ਵੀ ਲਾਲਚੀ ਸੀ। ਇਹ ਕੀ ਸੀਗਾ? ਇਹ ਲਾਲਚੀ ਸੀ। ਗੁਥਰੀ ਇਹਦੇ ਕੋਲ ਸੀ ਕਿ ਜਦੋਂ ਉਹਨੇ ਅਗੇਤਰ ਵੀ ਸੁੱਟਿਆ ਨਾ, ਉਦੋਂ ਵੀ ਇਹਨਾਂ ਨੇ ਕਿਹਾ, ਕਹਿੰਦੇ ਵੀ ਐਵੇਂ ਕੰਮ ਖਰਾਬ ਕੀਤਾ, ਇਹਨੂੰ ਜੇ ਵੇਚਦੇ ਨਾ ਤੇ ਚੰਗਾ ਮਾਲ ਸ਼ਾਲ ਆ ਸਕਦਾ ਹੈ। ਹਾਂਜੀ, ਪਰ ਉਹ ਕਹਿੰਦਾ ਵੀ ਫਿਰ ਨਾਲ ਉਦਾਹਰਣ ਵੀ ਲੱਗੀ ਦਿੰਦੇ ਆ, ਕਹਿੰਦੇ ਚੰਗਾ ਮਾਲ ਸ਼ਾਲ ਆ ਸਕਦਾ ਸੀਗਾ ਤੇ ਉਹਨੂੰ ਵੇਚ ਕੇ ਤੇ ਕੰਗਾਲਾਂ ਦੇ ਉੱਤੇ ਲਾਇਆ ਜਾ ਸਕਦਾ ਸੀ, ਕੰਗਾਲਾਂ ਦੇ ਉੱਤੇ ਕਿਰਪਾ। ਅੱਜ ਵੀ ਬਹੁਤਿਆਂ ਨੂੰ ਜਦੋਂ ਕਹੀਦਾ ਨਾ, ਹਾਂਜੀ ਪਰਮੇਸ਼ੁਰ ਦੀ ਸੇਵਕਾਈ ਲਈ ਕੁਛ ਕੱਢੋ, ਤੇ ਉਹਨਾਂ ਦਾ ਜਵਾਬ ਕਈਆਂ ਦਾ ਮਿਲਦਾ, ਕਹਿੰਦੇ ਨਹੀਂ ਜੀ ਅਸੀਂ ਆਲਰੇਡੀ ਕਰ ਰਹੇ ਹਾਂ, ਪੁੱਛੋ ਕੀ ਕਰ ਰਹੇ, ਅਸੀਂ ਗਰੀਬਾਂ ਨੂੰ ਭੇਜਦੇ ਹਾਂ, ਅਸੀਂ ਜੋ ਫਲਾਣੇ ਭੇਜਦੇ, ਅਸੀਂ ਉਸ ਫਲਾਣੇ ਆਹ ਕਰਦੇ ਹਾਂ। ਇਹ ਜਿਹੜੀਆਂ ਚੀਜ਼ਾਂ ਅਸੀਂ ਕਰਦੇ ਹਾਂ ਨਾ, ਇਹਦਾ ਪਰਮੇਸ਼ੁਰ ਦੀ ਸੇਵਕਾਈ ਦੇ ਨਾਲ ਜਿਹੜਾ ਸਿਸਟਮ ਹੈ ਉਹਦੇ ਨਾਲ ਕੋਈ ਹਿੱਸਾ ਨਹੀਂ, ਇਹ ਵੱਖਰਾ ਕੰਮ ਆ। ਕੰਗਾਲਾਂ ਦੀ ਸੇਵਾ ਕਰਨਾ, ਗਰੀਬਾਂ ਨੂੰ ਦਾਨ ਕਰਨਾ, ਸਲਾਣਾ, ਜੇ ਸਾਰਾ ਕੁਛ ਕੀ ਹੈ ਭਲਾ? ਇਹ ਅਲੱਗ ਆ। ਇਸਰਾਇਲੀ ਜਿਹੜੇ ਦਸ਼ਮਾਸ਼ ਦਿੰਦੇ ਸੀ ਨਾ, ਉਹ ਦਸ਼ਮਾਸ਼ ਦਾ ਸਿਸਟਮ ਵੱਖਰਾ ਸੀਗਾ, ਤੇ ਦਸ਼ਮਾਸ਼ ਵੀ ਤਿੰਨ ਤਰ੍ਹਾਂ ਦਿੰਦੇ ਸੀ। ਕਿੰਨਾ ਭਲਾ ਦਸ਼ਮਾਸ਼ ਕਿੰਨਾ ਸੀਗਾ? ਤਿੰਨ ਤਰ੍ਹਾਂ। ਮੈਨੂੰ ਨਹੀਂ ਲੱਗਦਾ ਅੱਜ ਤੱਕ ਕਿਸੇ ਚਰਚ ਚ ਤਿੰਨ ਤਰ੍ਹਾਂ ਦਾ ਦਸ਼ਮਾਸ਼ ਲਿਆ ਜਾਂਦਾ ਹੋਵੇ। ਤਿੰਨ ਤਰ੍ਹਾਂ ਦਾ ਦਸ਼ਮਾਸ਼ ਸੀਗਾ, ਤਿੰਨ ਤਰ੍ਹਾਂ ਦੇ ਦਸ਼ਮਾਸ਼ ਦਾ ਹੁਕਮ ਸੀ। ਤਿੰਨ ਤਰ੍ਹਾਂ ਦਾ ਦਸ਼ਮਾਸ਼ ਦੇਣ ਵਾਲਾ ਬੰਦਾ ਵੀ ਤਿੰਨ ਤਰ੍ਹਾਂ ਦਾ ਦਸ਼ਮਾਸ਼ ਦੇ ਕੇ ਇਹ ਨਹੀਂ ਕਹਿ ਸਕਦਾ ਬਸ ਹੁਣ ਠੀਕ ਆ, ਜਾਂ ਉਹ ਇਹ ਨਹੀਂ ਕਹਿ ਸਕਦਾ ਸੀ ਹਾਂਜੀ ਭਾਈ ਸਾਹਿਬ ਤੇਰਾ ਦਸ਼ਮਾਸ਼ ਨਹੀਂ ਆਇਆ, ਮੈਂ ਤਾਂ ਕੰਗਾਲਾਂ ਦੇ ਦਿੱਤਾ ਜੀ। ਹਾਂਜੀ, ਮੈਂ ਕੀ ਕੀਤਾ ਭਲਾ? ਮੈਂ ਤਾਂ ਕੰਗਾਲਾਂ ਦਿੱਤਾ, ਮੈਂ ਤਾਂ ਗਰੀਬ ਨੂੰ ਦਿੱਤਾ, ਮੈਂ ਤਾਂ ਫਲਾਣੇ ਝੌਂਪੜੀ ਬਣਾਤੀ, ਮੈਂ ਤਾਂ ਫਲਾਣੇ ਦਾ ਘਰ ਬਣਾਤੇ, ਮੈਂ ਤਾਂ ਫਲਾਣੀ ਛੱਤ ਢੱਠੀ ਸੀ ਤੇ ਉਹ ਕਰਾਤੀ ਸੀ। ਨਾ, ਉਹ ਵੱਖਰਾ, ਤੇ ਜਿਹੜਾ ਪਰਮੇਸ਼ੁਰ ਨਾਲ ਕਮਿਟਮੈਂਟ ਉਹ ਕੀ ਹੈ ਭਲਾ? ਉਹ ਵੱਖਰੀ ਅਸਰ ਕੇ ਯਸ ਮਸੀਹ ਨਾਲ ਵੀ ਜਦੋਂ ਸਵਾਲ ਕੀਤਾ, ਕਹਿੰਦਾ ਕੈਸਰ ਦਾ ਕੈਸਰ ਨੂੰ ਤੇ ਖੁਦਾਵੰਦ ਖੁਦਾ ਖੁਦਾ ਨੂੰ ਦਿਓ, ਤੇ ਯਸ ਮਸੀਹ ਨੇ ਆਪ ਵੀ ਦੇ ਕੇ ਇੱਕ ਉਦਾਹਰਨ ਦਿੱਤੀ। ਹਾਲੇਲੂਇਆ, ਕਹਿੰਦਾ ਜਾਓ ਮੱਛੀ ਆਊਗੀ ਤਾਂ ਉਹਦੇ ਮੂੰਹ ਦੇ ਵਿੱਚ ਸਿੱਕਾ ਕੱਢੋ ਤੇ ਜਾ ਕੇ ਉਹਨੂੰ ਦਿਓ, ਤਾਂ ਕਿ ਕੱਲ੍ਹ ਨੂੰ ਕੋਈ ਇਹ ਨਾ ਕਵੇ ਕਿ ਮਨੁੱਖ ਦੇ ਰੂਪ ਵਿੱਚ ਆਇਆ ਸੀ ਅਤੇ ਆਪਣੇ ਫਰਜ਼ ਨੂੰ ਪੂਰਾ ਕੀਤਾ ਕੀਤਾ ਨਹੀਂ। ਸੋ ਨਿਯਮ ਯਸ ਮਸੀਹ ਨੇ ਵੀ ਆ ਕੇ ਪੂਰਾ ਕੀਤਾ। ਯੂਹੰਨਾ ਨੇ ਕਿਹਾ ਤੇਰੇ ਕੋਲ ਮੈਨੂੰ ਬਪਤਿਸਮਾ ਲੈਣ ਦੀ ਜ਼ਰੂਰਤ ਆ? ਕਹਿੰਦਾ ਨਾ, ਇਹ ਜਿਹੜਾ ਤੂੰ ਕੰਮ ਕਰਨ ਜਾ ਰਿਹਾ ਨਾ, ਇਹ ਪਹਿਲਾਂ ਲਿਖਤਾਂ ਦੇ ਵਿੱਚ ਤੈਨੂੰ ਠਹਿਰਾਇਆ ਹੋਇਆ, ਇਸ ਕਰਕੇ ਇਹ ਤੈਨੂੰ ਹੀ ਕਰਨਾ ਪੈਣਾ, ਤੇ ਮੈਂ ਤੇਰੇ ਕੋਲੋਂ ਲੈਣਾ, ਇਸ ਲਈ ਇਹ ਮੈਨੂੰ ਵੀ ਕਰਨਾ ਪੈਣਾ ਆ। ਮੈਂ ਜਿਹਨੇ ਦੁਨੀਆਂ ਨੂੰ ਨਿਯਮ ਦੇ ਵਿੱਚ ਰੱਖਣਾ, ਜੇ ਮੈਂ ਆਪ ਨਿਯਮ ਦੇ ਵਿੱਚ ਨਾ ਰਿਹਾ ਤੇ ਕਿਸੇ ਨੂੰ ਨਿਯਮ ਦੇ ਵਿੱਚ ਰਹਿਣ ਦਾ ਹੋਕਾ ਵੀ ਦੇ ਸਕਦਾ? ਸੋ ਅਸੀਂ ਆਪਣੇ ਜੀਵਨ ਤੇ ਗੌਰ ਕਰੀਏ, ਅਸੀਂ ਜਦੋਂ ਨਿਯਮ ਕਿਸੇ ਨੂੰ ਦੱਸਦੇ ਹਾਂ ਕਿ ਅਸੀਂ ਆਪ ਨਿਯਮ ਦੇ ਵਿੱਚ ਹੁੰਦੇ ਹਾਂ। ਬੋਲੋ, ਕਦੀ ਆਪਾਂ ਘਰਾਂ ਵਿੱਚ ਚਰਚਾ ਕਰਦੇ ਹਾਂ ਵੀ ਆਪਾਂ ਆਹ ਗੱਲ ਕਹਿੰਦੇ ਹਾਂ ਤੇ ਨਹੀਂ ਆਪਾਂ ਨੂੰ ਇਸ ਚੀਜ਼ ਦੇ ਉੱਤੇ ਖਰਾ ਉਤਰਨਾ ਚਾਹੀਦਾ? ਜਦੋਂ ਅਸੀਂ ਉਸ ਚੀਜ਼ ਤੇ ਖਰਾ ਉਤਰੇ, ਅਸੀਂ ਕਿੱਦਾਂ ਜਦੋਂ ਮੁਸੀਬਤ ਆਉਂਦੀ ਅਸੀਂ ਕਿੱਦਾਂ, ਮਤਲਬ ਪਰਮੇਸ਼ੁਰ ਨੂੰ ਅਸੀਂ ਕੀ ਸਮਝਿਆ ਹੋਇਆ? ਪਰਮੇਸ਼ੁਰ ਨੂੰ ਅਸੀਂ ਸਮਝਦੇ ਕੀ ਸਮਝ ਕੇ ਰੱਖਿਆ ਵੀ ਅਸੀਂ ਜੋ ਮਰਜ਼ੀ ਕਰੀਏ ਤੇ ਅਸੀਂ ਸੋਚੇ ਵੀ ਹਾਂਜੀ ਅਸੀਂ ਬਾਅਦ ਚ ਕੋਈ ਗੱਲ ਨੀ, ਗੋਡੇ ਟੇਕ ਲਾ, ਥੋੜਾ ਬਹੁਤਾ ਰੋਲ ਪਾਵਾਂਗੇ, ਤਾਂ ਤੂੰ ਮਾਰ ਮੂਰ ਕੇ ਕਹਾਂ ਪਰਮੇਸ਼ੁਰ ਇੱਕ ਵਾਰੀ ਮਾਫ਼ ਕਰ ਦੇ, ਫਲਾਣਾ ਕਰ ਦੂੰਗਾ, ਨਾ ਕਰ ਦੇ, ਤੇ ਚਲੋ ਦਿਆਲੂ ਪਰਮੇਸ਼ੁਰ ਤੇ ਮਾਫ਼ ਹੀ ਕਰ ਦੂਗਾ। ਅਸੀਂ ਕੀ ਸਮਝਿਆ ਪਰਮੇਸ਼ੁਰ? ਹਾਂਜੀ, ਵੀ ਜੋ ਮਰਜ਼ੀ ਕਰੀ ਜਾਈਏ ਤੇ ਬਾਅਦ ਚ ਕੋਈ ਗੱਲ ਨਹੀਂ। ਨਿਯਮ ਜਦੋਂ ਅਸੀਂ ਬਣਾ ਲੈਂਦੇ ਨਾ, ਤੇ ਮੈਂ ਦੱਸਿਆ ਸੀ ਨਾ ਵੀ ਇਹ ਖੁਦਾ ਦੇ ਬੰਦੇ ਦੇ ਕੋਲੋਂ ਸਿੱਖੀ ਹੋਈ ਗੱਲ ਆ। ਕਹਿੰਦੇ ਸ਼ਬਦ ਜਦੋਂ ਤੱਕ ਤੁਹਾਡੇ ਮੂੰਹ ਦੇ ਅੰਦਰ ਆ, ਉਹ ਗੁਲਾਮ ਆ ਤੁਹਾਡਾ। ਕੀ ਹੈ ਭਲਾ? ਉਹਨੂੰ ਨਿਕਲਣ ਨਾ ਦਿਓ, ਤੇ ਜਦੋਂ ਤੁਹਾਡੇ ਮੂੰਹ ਚੋਂ ਬਾਹਰ ਨਿਕਲ ਗਿਆ ਤੇ ਫਿਰ ਤੁਸੀਂ ਸ਼ਬਦ ਦੇ ਗੁਲਾਮ ਆ, ਫਿਰ ਤੁਸੀਂ ਇੱਧਰ ਉੱਧਰ ਹੋ ਸਕਦੇ। ਪਠਾਣਾ ਦੀ ਇੱਕ ਜ਼ਮਾਨਤ ਦੇ ਤੌਰ ਤੇ ਸਭ ਤੋਂ ਵੱਡੀ ਪ੍ਰਾਪਰਟੀ ਪਤਾ ਕੀ ਹੁੰਦੀ? ਪਠਾਣ ਦੀ ਮੁੱਛ ਦਾ ਵਾਲ ਕੀ ਹੁੰਦਾ ਜੀ? ਗਿਰਵੀ ਕੀ ਰੱਖਦਾ ਭਲਾ? ਉਹ ਬੋਲੋ ਸਾਰੇ ਕੀ ਹੁੰਦਾ ਭਲਾ? ਸਾਡੇ ਬਣੇ ਕਹਿੰਦਾ ਇੱਕ ਹੋਰ ਲੈ ਲਾ, ਕੋਈ ਗੱਲ ਨੀ, ਸਾਰੀ ਮੁੱਛ ਲਿਥਾ ਦੇਣੇ, ਤੂੰ ਲੈ ਲਾ, ਤੁਸੀਂ ਇਹਨੂੰ ਕੀ ਕਰਨਾ? ਹਾਂਜੀ, ਇਹ ਫਿਰ ਆਜੂ, ਘਰ ਦੀ ਖੇਤੀ ਹੈ, ਫਿਰ ਦੁਬਾਰਾ ਆਜੂਗੀ। ਤੇ ਪਠਾਣ ਦੀ ਕੀ ਭਲਾ ਸਭ ਤੋਂ ਖਾਸ ਖੂਬੀ? ਉਹ ਜਦੋਂ ਕਿਸੇ ਦੇ ਕੋਲੋਂ ਕੋਈ ਉਧਾਰ ਸੁਧਾਰ ਮੰਗਦਾ ਨਾ, ਤੇ ਉਹ ਆਪਣੀ ਮੁੱਛ ਦਾ ਵਾਲ ਦੇ ਦਿੰਦਾ, ਕਹਿੰਦਾ ਫੜ, ਇਹ ਮੇਰੀ ਗਰੰਟੀ ਆ, ਤੇ ਇਹਨੂੰ ਮੈਂ ਛਡਾਵਾਂਗਾ ਤੇ ਲੈ ਜਾਵਾਂਗਾ। ਹਾਂਜੀ, ਅਰਬ ਦੇ ਵਿੱਚ ਜਾਓ, ਉੱਥੇ ਜਦੋਂ ਕਮਿਟਮੈਂਟ ਕੋਈ ਕਰਦੇ ਨਾ, ਹਾਂਜੀ ਫਿਰ ਤੁਸੀਂ ਇੱਦਾਂ ਓਕੇ ਆ ਜੀ, ਤੇ ਅਰਬੀ ਆਪਣੀ ਜੀਭ ਦੇ ਉੱਤੇ ਹੱਥ ਰੱਖ ਕੇ, ਉਂਗਲੀ ਰੱਖ ਕੇ ਕਹਿੰਦਾ ਕਹਿੰਦਾ ਆ ਆ, ਤੇ ਬਸ ਉਹ ਭਾਵੇਂ ਲੱਖ ਡਾਲਰ ਲੈ ਜਾਏ ਤੇ ਭਾਵੇਂ 2 ਲੱਖ ਤੇ ਭਾਵੇਂ 5 ਲੱਖ ਡਾਲਰ, ਜਦੋਂ ਉਹਨੇ ਜੀਭ ਦੇ ਉੱਤੇ ਹੱਥ ਰੱਖ ਕੇ ਕਹਿਤਾ ਨਾ ਵੀ ਆਹ ਜ਼ਬਾਨ ਆ ਤੇ ਇੰਨੀ ਦੇਰ 'ਚ ਪੂਰੀ ਹੋ ਗਈ, ਬਸ ਖਤਮ ਕਹਾਣੀ। ਉੱਥੇ ਫਿਰ ਕੋਈ ਸਿਕਿਉਰਿਟੀ ਚਾਹੀਦੀ? ਚਾਹੀਦੀ ਨਹੀਂ, ਸ਼ਬਦ ਹੈ ਨਾ, ਤੇ ਸ਼ਬਦ ਕਦੇ ਬਦਲਣਾ ਚਾਹੀਦਾ?
ਤੇ ਜੇ ਸ਼ਬਦ ਬਦਲਦਾ ਆ ਤੇ ਫਿਰ ਸਾਨੂੰ ਉਸ ਸ਼ਬਦ ਦੀ ਅਹਿਮੀਅਤ ਦਾ ਪਤਾ ਨਹੀਂ ਜਿਹੜਾ ਦੇਹਧਾਰੀ ਹੋਇਆ। ਸੋ ਜਾਂ ਤੈਨੂੰ ਮੂੰਹ ਚੋਂ ਕਦੀ ਨਿਕਲ ਨਾ ਦਈਏ, ਤੇ ਜੇ ਨਿਕਲ ਗਿਆ ਤੇ ਫਿਰ ਕੋਸ਼ਿਸ਼ ਕਰੀਏ ਵੀ ਇਹਦੇ ਉੱਤੇ ਅਸੀਂ ਖਰਾ ਉਤਰੀਏ, ਤੇ ਜੇ ਨਹੀਂ ਉਤਰਦੇ ਤੇ ਫਿਰ ਵਚਨ ਦੇ ਅਨੁਸਾਰ ਸਾਡੇ ਉੱਤੇ ਲਾਨਤ ਆ। ਕੀ ਹੈ ਭਲਾ? ਜਾਂ ਤੇ ਕਹੋ ਨਾ ਤੇ ਜਾਂ ਫਿਰ ਉਹਨੂੰ ਕੀ ਕਰੋ? ਭਲਾ ਪੂਰਾ ਕਰੋ। ਸੋ ਅਸੀਂ ਸਿਸਟਮ ਦੇਖਦੇ ਹਾਂ, ਅਸੀਂ ਕਹਿ ਦਿੰਦੇ ਹਾਂ ਕੁਛ ਵੀ, ਮੰਨ ਲਓ ਅਸੀਂ ਨਿਯਮ ਬਣਾਉਂਦੇ ਹਾਂ, ਮੰਨ ਲਓ ਤੇ ਅਸੀਂ ਨਿਯਮ ਬਣਾਇਆ ਵੀ ਹਾਂਜੀ ਚਰਚ ਦਾ ਟਾਈਮ ਕਿੰਨਾ ਜੀ ਦੱਸੋ, ਅਸੀਂ ਕਿੰਨੇ ਵਜੇ ਆਉਂਦੇ ਹਾਂ? ਹਾਂਜੀ ਯਾਨੀ ਕਿ ਅਸੀਂ ਸਾਰੇ ਕਦੀ ਨਾ ਕਦੀ ਕਿਤੇ ਨਾ ਕਿਤੇ ਲੇਟ ਹੋ ਜਾਂਦੇ, ਤੇ ਸਾਡੇ ਕੋਲ ਐਕਸਕਿਊਜ਼ ਬੜੇ ਹੁੰਦੇ ਆ, ਹਨਾ? ਫਲੈਟ ਫੜਨੀ ਹੋਵੇ ਤੇ ਫਿਰ ਕੋਈ ਐਕਸਕਿਊਜ਼ ਨਹੀਂ ਹੁੰਦਾ। ਉਦੋਂ ਕਦੀ ਕੋਈ ਕਿਹਾ ਹਾਂਜੀ ਆਪਣੇ ਫੋਨ ਕਰਦੇ ਏਦਾਂ ਕਰੀਏ ਫਲਾਈਟ ਰੋਕ ਕੇ ਰੱਖਿਓ, ਕੀ ਹੋਇਆ? ਉਹ ਕਾਕੇ ਨੇ ਪੋਟੀ ਕਰ ਦਿੱਤੀ ਤੇ ਥੋੜਾ ਨੈਪੀ ਬਦਲ ਕੇ ਆਉਂਦੇ ਆ। ਹਾਂਜੀ ਉਹ ਕਹਿੰਦੇ ਕੋਈ ਗੱਲ ਨੀ, ਤੁਸੀਂ ਤਸੱਲੀ ਨਾ ਬਦਲਿਓ ਤੇ ਪਲੇਨ ਵੀ ਬਦਲ ਗਏ ਆਈਏ। ਹਾਂਜੀ ਸ਼ਬਦ ਆ ਨਾ, ਸ਼ਬਦ ਜਾਂ ਤੇ ਕਹੀਏ ਨਾ ਤੇ ਜਾਂ ਫਿਰ ਕੀ ਕਰੀਏ ਉਹਨੂੰ ਪੂਰਾ ਕਰੀਏ। ਸੋ ਨਿਯਮ ਖੁਦਾ ਬਣਾਉਂਦਾ ਆ ਤੇ ਨਿਯਮ ਖੁਦਾ ਦਿੰਦਾ ਆ ਤੇ ਨਿਯਮ ਪਸੰਦ ਖੁਦਾ ਆ ਤੇ ਨਿਯਮ ਦੀ ਅਸੀਂ ਸਿਸਟਮ ਨੂੰ ਦੇਖਦੇ ਆਉਂਦੇ ਹਾਂ ਤੇ ਨਿਯਮ ਦੇ ਵਿੱਚ ਰਹਿ ਕੇ ਉਹ ਸਾਰੇ ਕੰਮ ਨੂੰ ਨਿਭਾਉਂਦਾ। ਨਿਯਮ ਲਿਖ ਕੇ ਵੀ ਦਿੱਤਾ, ਨਿਯਮ ਦੇ ਉੱਤੇ ਮੋਹਰ ਵੀ ਲਾਈ। ਤੁਸੀਂ ਇਹ ਦੇਖੋ ਵੀ ਅਮੈਰੀਕਾ ਗੌਰਮੈਂਟ ਨੂੰ ਇਹ ਪਤਾ ਆ ਵੀ ਲੋਕੀ ਝੂਠ ਮੂਠ ਬੋਲ ਕੇ ਇੱਥੇ ਆ ਕੇ ਸਾਡੇ ਕੋਲੋਂ ਆਪਣੇ ਕੇਸ ਅਪਰੂਵ ਕਰਾਉਂਦੇ ਆ, ਸ਼ਰਨ ਦਿੰਦੇ। ਅਮੈਰੀਕਾ ਗੌਰਮੈਂਟ ਨੂੰ ਪਤਾ, ਤੁਸੀਂ ਇਹਨਾਂ ਨੂੰ ਬੇਵਕੂਫ ਨਾ ਸਮਝੋ, ਤੁਸੀਂ ਸੋਚ ਵੀ ਨਹੀਂ ਸਕਦੇ ਜਿੱਥੋਂ ਤੱਕ ਉਹਨਾਂ ਦਾ ਦਿਮਾਗ ਚੱਲਦਾ ਹੈ, ਸੋਚ ਵੀ ਨਹੀਂ ਸਕਦੇ। ਉਹਨਾਂ ਨੂੰ ਪਤਾ ਆ ਸਾਹਮਣੇ ਜਿਹੜਾ ਬੈਠਾ ਆ ਉਹ ਝੂਠ ਬੋਲ ਰਿਹਾ ਆ, ਉਹ ਤੁਹਾਡੇ ਤੇ ਯਕੀਨ ਭਲਾ ਕਿਉਂ ਕਰਦੇ ਆ? ਬੋਲੋ ਸਾਰੇ ਨੇ, ਯਕੀਨ ਕਿਉਂ ਕਰਦੇ? ਜਿਹਨਾਂ ਨੇ ਦਿੱਤੀ ਹੋਈ ਨਾ ਇੰਟਰਵਿਊ ਜਾਂ ਜਿਹਨਾਂ ਨੇ ਸਿਟੀਜ਼ਨਸ਼ਿਪ ਲਈ ਹੋਈ ਆ, ਉਹਨਾਂ ਨੂੰ ਪਤਾ ਆ ਵੀ ਉਹ ਯਕੀਨ ਗੱਲ ਹੀ ਕਰਦੇ ਆ। ਉਹ ਆਫਿਸਰ ਵੀ ਉੱਠਦਾ ਆ ਤੇ ਨਾਲ ਸਾਹਮਣੇ ਵਾਲੇ ਐਪਲੀਕੈਂਟ ਨੂੰ ਵੀ ਉਠਾਉਂਦਾ ਆ ਤੇ ਕਹਿੰਦਾ ਹੱਥ ਖੜਾ ਕਰ ਤੇ ਸਹੁੰ ਖਾ। ਉਹਨੂੰ ਪਤਾ ਸਾਹਮਣੇ ਵਾਲਾ ਬੰਦਾ ਝੂਠਾ ਆ, ਲੇਕਿਨ ਇਹ ਝੂਠ ਕੀ ਕਰਕੇ ਬੋਲ ਰਿਹਾ ਭਲਾ? ਬੋਲੋ ਸਾਰੇ ਨੇ, ਨਹੀਂ 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 ਇਹਨੇ ਸਹੁੰ ਖਾਧੀ ਆ। ਇਹ ਤੁਹਾਡੀ ਸਹੁੰ ਤੇ ਭਲਾ ਕਾਹਦੇ ਲਈ ਯਕੀਨ ਕਰਦੇ ਆ? ਕਿਉਂਕਿ ਇਹਨਾਂ ਦੇ ਲਈ ਸਹੁੰ ਖਾਣਾ ਸਾਡੇ ਵਾਂਗੂ ਇੱਕ ਮਖੌਲ ਨੀਗਾ। ਅਸੀਂ ਨਹੀਂ, ਮੇਰੇ ਤਾਂ ਮੈਨੂੰ ਬੱਚੇ ਦੀ ਸਹੁੰ ਜੀ, ਮੈਂ ਨੀ ਆ ਕੇ ਚੁਗਲੀ ਕਰਕੇ ਅਗਲੇ ਦਾ ਘਰ ਉਜਾੜਨਾ, ਮੈਨੂੰ ਤਾਂ ਮੇਰੇ ਬੱਚੇ ਦੀ ਸਹੁੰ ਲੱਗੇ, ਮੇਰਾ ਤਾਂ ਬੰਦਾ ਮਰ ਜਾਵੇ। ਮੈਂ ਤਾਂ ਬਿਲਕੁਲ ਏਦਾਂ ਦੀ ਕੋਈ ਗੱਲ ਹੈ ਹੀ ਨੀ, ਹਾਂਜੀ ਮਿੰਟ ਚ ਮੁਕਰ ਜਾਣਾ, ਮਤਲਬ ਕਹਿ ਕੇ ਮੁਕਰ ਜਾਣਾ ਨਾ ਜੀ ਨਾ, ਉਹਨੇ ਮੇਰੇ ਸਾਹਮਣੇ ਲੈ ਗਿਆ, ਹੁਣ ਜਿਹਨੇ ਤੇਰਾ ਘਰ ਉਜਾੜਾ ਸਾਹਮਣੇ ਆਵੇ ਥੋੜੀ ਕਹਿਣਾ, ਉੱਥੇ ਆਖ ਦੋਨੇ ਮੁਕਰ ਜਾਣਾ। ਉਹ ਕਿਸ ਚੀਜ਼ ਤੇ ਯਕੀਨ ਕਰਦੇ ਭਲਾ? ਇਹਨੇ ਹੱਥ ਖੜਾ ਕਰਕੇ ਕੀ ਕੀਤਾ ਭਲਾ? ਉਹ ਤੁਹਾਡੀ ਸਹੁੰ ਦੇ ਉੱਤੇ ਤੁਹਾਨੂੰ ਅਪਰੂਵਲ ਦੇ ਰਹੇ ਆ, ਤੇ ਅਸੀਂ ਸਹੁੰ ਜਦੋਂ ਖਾਧੀ ਹੈ ਤੇ ਸਾਨੂੰ ਪਤਾ ਨਾ ਅਸੀਂ ਝੂਠੇ ਹਾਂ। ਬੋਲੋ, ਹਾਂਜੀ ਬੋਲੋ ਸਾਰੇ, ਕੀ ਹੈ ਭਲਾ? ਅਸੀਂ ਤੇ ਜਿਹੜੀ ਬਾਈਬਲ ਨੂੰ ਆਪਾਂ ਪੜ੍ਹਦੇ ਨਾ ਉਹ ਚ ਲਿਖ ਕੇ ਦਿੱਤਾ ਮੈਂ ਝੂਠਿਆਂ ਦਾ ਖੁਦਾ ਨਹੀਂ, ਲਿਖ ਕੇ ਦਿੱਤਾ ਮੈਂ ਝੂਠਿਆਂ ਦਾ ਖੁਦਾ ਨਹੀਂ, ਤੇ ਫਿਰ ਵੀ ਅਸੀਂ ਝੂਠ ਬੋਲਦੇ ਹਾਂ ਤੇ ਉਹ ਤੇ ਝੂਠਿਆਂ ਦਾ ਫਿਰ ਖੁਦਾ ਹੀ ਨਹੀਂ। ਤੇ ਫਿਰ ਜਦੋਂ ਅਸੀਂ ਪ੍ਰਾਰਥਨਾ ਗੋਡੇ ਟੇਕ ਕੇ ਕਰਦੇ ਹਾਂ ਉਦੋਂ ਸਾਨੂੰ ਪਤਾ ਨੀ ਵੀ ਉਹ ਝੂਠਿਆਂ ਦਾ, ਹਾਂਜੀ ਪਤਾ ਕਿ ਨਹੀਂ ਪਤਾ? ਬੋਲੋ, ਉਹ ਝੂਠਿਆਂ ਦਾ ਖੁਦਾ ਨਹੀਂ, ਤੇ ਗੋਡੇ ਟੇਕ ਕੇ ਅਸੀਂ ਕਿੱਦਾਂ ਯਕੀਨ ਕਰਦੇ ਵੀ ਸਾਡੀ ਦੁਆ ਨੂੰ ਸੁਣ ਲਊਗਾ? ਹਾਂਜੀ ਖਰਿਆ ਮਾਫ ਹੋ ਜਾਓ, ਕਿੰਨੀ ਵਾਰੀ ਇਸਰਾਇਲੀ ਇਸੇ ਭਰਮ ਚ ਮਾਰੇ ਗਏ ਸਾਰੇ ਦੇ ਸਾਰੇ। ਉਹਨਾਂ ਨੇ ਸੋਚਿਆ ਜਿਹੜਾ ਏਡੇ ਵੱਡੇ ਮੌਜੂਜਾ ਨਾ ਸਾਨੂੰ ਮਿਸਰ ਦੇ ਵਰਗੇ ਮਤਲਬ ਏਡੇ ਵੱਡੇ ਅੰਪਾਇਰ ਦੀ ਗੁਲਾਮੀ ਤੋਂ ਕੱਢ ਕੇ ਲੈ ਕੇ ਆਇਆ, ਇਹਨੂੰ ਸਾਡੀ ਜ਼ਰੂਰਤ ਆ। ਕੀ ਹੈ ਭਰਾ? ਬੋਲੋ, ਇਹ ਆ ਇਹ, ਕਿਉਂਕਿ ਬੰਦਾ ਆਪਣੇ ਹਿਸਾਬ ਨਾਲ ਸੋਚਦਾ ਨਾ। ਇੱਥੇ ਅਮੈਰੀਕਾ ਦੀ ਇੱਕ ਥਿਊਰੀ ਆ, ਤੁਸੀਂ ਕਿਤੇ ਫੋਨ ਕਰੋ ਹਾਂਜੀ ਭਾਜੀ ਕੋਈ ਮਦਦ ਚਾਹੀਦੀ ਦੱਸਿਓ, ਤੇ ਉਹ
इस चीज दे लई शुकराना नहीं करदा वी शुकर आ खुदा दा किसी ने कहा वी कोई मदद होई ते दसियो, उहदे दिमाग च इक दम घंटी वजदी है भला इह कल ही कह रहा, इहनू जरूर कोई मतलब होना, इहदा इहदे विच जरूर कोई इहनू कोई फायदा होना। इदा कौन किसी नूं कहिंदा वी हांजी भाई साहब वी कोई काम होया ते अपने नहीं जरा मेरा कोई सूत लगन लगा वह फटाफट कहना इहनू की फायदा होना। एकदम ओहदे दिमाग की वजदी घंटी वजदी। इसराइली भी शायद इहो ही सोचदे होणे आ ਇਹ ਪਰਮੇਸ਼ੁਰ ਦਾ ਸਾਡੇ ਤੋਂ ਬਿਨਾਂ ਸਰਦਾ, ਇਹ ਪਹਿਲਾਂ ਸਾਡੇ ਬਾਪ ਦਾਦਿਆਂ ਦੇ ਪਿੱਛੇ ਪਿਆ ਰਿਹਾ ਹੁਣ ਇਹ ਸਾਡੇ ਪਿੱਛੇ ਪਿਆ ਗਿਆ, ਇਹਦਾ ਸਰਦਾ ਸਰਦਾ ਨਹੀਂ ਐਵੇਂ ਥੋੜੀ, ਇਹ ਏਡੇ ਵੱਡੇ ਬਾਦਸ਼ਾਹ ਨੂੰ ਉਹਦੀ ਸੈਨਾ ਸਮੇਤ ਸਮੁੰਦਰ ਚ ਡੋਬ ਕੇ ਤੇ ਸਾਨੂੰ ਫਿਰ ਸੁੱਕੀ ਧਰਤੀ ਥਾਣੀ ਬਾਹਰ ਕੱਢ ਕੇ ਲਿਆ, ਇਹ ਜਿਹੜਾ 40 ਸਾਲ ਸਾਨੂੰ ਰੋਟੀ ਦਿੰਦਾ ਆ ਰਿਹਾ ਆ, ਇਹ ਜਿਹੜਾ ਸਾਡੇ ਨਾਲ ਏਡੇ ਏਡੇ ਮੌਜੇ ਕਰ ਰਿਹਾ, ਇਹ ਜਿਹੜਾ ਸਾਨੂੰ ਚਟਾਨ ਤੋਂ ਪਾਣੀ ਕੱਢ ਕੱਢ ਕੇ ਦੇ ਰਿਹਾ, ਅਸੀਂ ਮਾਸ ਮੰਗਿਆ ਤੇ ਇਹਨੇ ਸਮੁੰਦਰ ਤੋਂ ਬਟੇਰੇ ਲਿਆ ਕੇ ਤੇ ਸਾਡੇ ਘਰਾਂ ਦੇ ਘਰ ਹੀ ਭਰ ਦਿੱਤੇ, ਵੀ ਇਹਨੂੰ ਕੋਈ ਇਹ ਬੰਦਾ ਏਡਾ ਸਵਾਰਥੀ ਪਾਪ ਨੇ ਏਡੀ ਇਹਦੀ ਏਡੀ ਮੱਤ ਮਾਰੀ ਹੋਈ ਆ, ਇਹ ਕਈ ਵਾਰੀ ਏਦਾਂ ਵੀ ਸੋਚ ਲੈਂਦਾ ਵੀ ਖਰਿਆ ਇਹਨੂੰ ਇਹਨੂੰ ਮਤਲਬ ਹੈ ਤਾਂ ਕਰਕੇ ਕਰਦਾ ਪਿਆ ਆ ਤੇ ਲਿਖਿਆ ਇਹ ਸਭ ਕੁਛ ਕਰਕੇ ਅਸੀਂ ਆਪਣੇ ਦੇ ਲਈ ਪਰਮੇਸ਼ੁਰ ਦਾ ਕ੍ਰੋਧ ਇਕੱਠਾ ਕਰ ਦੇਣੇ, ਕੀ ਕਰਦੇ ਪਏ ਆ ਤੇ ਉਹਦਾ ਜਦੋਂ ਕ੍ਰੋਧ ਆਉਂਦਾ ਨਾ ਉਦੋਂ ਬਚਾਉਣ ਵਾਲਾ ਕੋਈ ਨਹੀਂ ਹੁੰਦਾ। ਵਚਨ ਦੀ ਛਾਇਆ ਸਾਨੂੰ ਇਹ ਸਮਝਾਉਂਦੀ ਹੈ ਕਿ ਸਾਰੀ ਦੁਨੀਆ ਤੁਹਾਡੇ ਖਿਲਾਫ ਖੜੀ ਹੋ ਜਾਵੇ ਹਥਿਆਰ ਲੈ ਕੇ, ਜੇ ਪਰਮੇਸ਼ੁਰ ਤੁਹਾਡੇ ਵੱਲ ਆ ਉਹਦਾ ਕੋਈ ਹਥਿਆਰ ਚੱਲੂਗਾ ਹੀ ਨਹੀਂ। ਲਿਖ ਕੇ ਦਿੱਤਾ ਹਰੇਕ ਉਹ ਹਥਿਆਰ ਜੋ ਤੇਰੀ ਹਾਨੀ ਦੇ ਲਈ ਉੱਠੇਗਾ ਉਹਨੂੰ ਮੈਂ ਨਸ਼ਟ ਕਰ ਦੇਵਾਂਗਾ। ਕਦੋਂ? ਨਾਲ ਵਿਧੀ ਦਿੱਤੀ ਹੈ। ਕਈ ਇਸ ਕਰਕੇ ਇਸ ਚੀਜ਼ ਨੂੰ ਅਗਲੀ ਨਹੀਂ ਗੱਲ ਲੈਂਦੇ, ਉਹ ਕਹਿੰਦੇ ਨਹੀਂ ਉਹਨੇ ਲਿਖ ਕੇ ਦਿੱਤਾ ਜਿਹੜਾ ਵੀ ਹਥਿਆਰ ਤੇਰੀ ਹਾਨੀ ਲਈ ਉੱਠੇਗਾ ਨਾ ਉਹ ਕੰਮ ਨਹੀਂ ਕਰੇਗਾ। ਇਹ ਫਟਾਫਟ ਵੀ ਸਾਡੇ ਸਾਈ ਜਿਹੜੇ ਨਾ ਫਟਾਫਟ ਦੁਆ ਕਰਨਾ, ਪ੍ਰਭੂ ਤੂੰ ਕਿਹਾ ਆ ਉਹਦੇ ਥਲੜੀ ਤੇ ਉਹਦੇ ਉੱਪਰਲੀ ਲਾਈਨ ਨੂੰ ਨਹੀਂ ਦੇਖਦੇ ਵੀ ਉੱਥੇ ਜਦੋਂ ਉਹਨੇ ਇਹ ਕਿਹਾ ਨਾ ਉਹਦੇ ਨਾਲ ਉਹਨੇ ਨਿਯਮ ਦਿੱਤਾ ਆ ਵੀ ਜੇ ਤੁਸੀਂ ਮੇਰੇ ਹੁਕਮਾਂ ਵਿਧੀਆਂ ਨਿਯਮਾਂ ਕਾਨੂੰਨਾਂ ਦੇ ਅਨੁਸਾਰ ਜੀਓਗੇ ਫਿਰ ਕੋਈ ਹਥਿਆਰ ਤੁਹਾਡੇ ਖਿਲਾਫ਼ ਕੰਮ ਕਰੇਗਾ, ਫਿਰ ਨਹੀਂ ਕਰੇਗਾ। ਤੇ ਜੇ ਨਿਯਮ ਨਾ ਹੋਣ, ਡੈਨੀਅਲ ਨਿਯਮ ਦੇ ਵਿੱਚ ਨਾ ਹੁੰਦਾ ਤੇ ਸ਼ੇਰਾਂ ਨੇ ਫਿਰ ਉਦਾਂ ਜੱਫੀਆਂ ਉਹਨੂੰ ਪਾਉਣੀਆਂ ਸੀ ਜਿੱਦਾਂ ਪਾਈਆਂ, ਫਿਰ ਦੰਦੀਆਂ ਵੱਢਣੀਆਂ ਸੀ ਹਨਾ, ਫਿਰ ਜਿੱਦਾਂ ਬਾਕੀਆਂ ਨੂੰ ਬੁੱਚਿਆ ਉਦਾਂ ਬੁੱਚਣਾ ਸੀ ਤੇ ਨਿਯਮ ਸੀ ਦੇ ਅਨੁਸਾਰ ਸੀ ਨਾ ਜੀਵਨ। ਤੇ ਫਿਰ ਪਰਮੇਸ਼ੁਰ ਨੇ ਆਪਣੇ ਵਾਅਦੇ ਨੂੰ ਕੀ ਕੀਤਾ? ਭਲਾ ਪੂਰਾ ਕੀਤਾ। ਸੋ ਸਾਰੀ ਦੁਨੀਆ ਸਾਡੇ ਖਿਲਾਫ ਆ ਕੇ ਖੜੀ ਹੋ ਜਾਵੇ ਕੋਈ ਚਿੰਤਾ ਨਹੀਂ, ਪਰਮੇਸ਼ੁਰ ਨਹੀਂ ਸਾਡੇ ਖਿਲਾਫ ਹੋਣਾ ਚਾਹੀਦਾ। ਤੇ ਹੁਣ ਤੁਸੀਂ ਇਹ ਹਿਸਾਬ ਲਾਓ ਵੀ ਸਾਰੀ ਦੁਨੀਆ ਤੁਹਾਡੇ ਵੱਲ ਹੋਵੇ ਤੇ ਉਹ ਸਰਵ ਸ਼ਕਤੀਮਾਨ ਤੁਹਾਡੇ ਖਿਲਾਫ ਹੋਵੇ ਤੇ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਬਚਾ ਸਕਦੀ? ਦੁਨੀਆ ਦਾ ਕੋਈ ਹਥਿਆਰ, ਦੁਨੀਆ ਦੀ ਕੋਈ ਢਾਲ, ਦੁਨੀਆ ਐਸਾ ਕੋਈ ਕਮਰਾ ਬਣਾ ਲਓ, ਐਸੇ ਕੋਈ ਥੱਲੇ ਕਿਤੇ ਪਣਡੁੱਬੀਆਂ ਲੈ ਕੇ ਚਲ ਜਾਓ, ਕੋਈ ਐਸੀ ਜਗ੍ਹਾ ਕੋਈ ਆਕਾਸ਼ ਉੱਤੇ ਚੜ੍ਹ ਜਾਓ ਜਿੱਥੇ ਤੁਸੀਂ ਆਪਣਾ ਬਚਾਓ ਕਰ ਸਕੋ ਉਹਦੇ ਕ੍ਰੋਧ ਤੋਂ। ਅਸੀਂ ਉਹ ਕਰ ਸਕਦੇ? ਕਹਿੰਦਾ ਭਾਵੇਂ ਆਕਾਸ਼ ਦੇ ਵਿੱਚ ਤੂੰ ਆਲਣਾ ਬਣਾ ਲਾ, ਕੀ ਕਰ? ਆਹ ਤੇ ਵਿਚਾਰੇ ਹੁਣ ਕਹਿੰਦੇ ਉਹ ਚੰਦ ਤੇ ਗਏ, ਉਹ ਫਲਾਨਾ ਸਪੇਸ ਲੱਭ ਲਿਆ, ਉਹ ਫਲਾਨੀ ਜਗ੍ਹਾ ਲੱਭ ਲਈ, ਉਹ ਮੰਗਲ ਗ੍ਰਹਿ ਤੇ ਉਤਰ ਗਏ, ਦੋ ਦਿਨੇ ਤੇ ਪਹਿਲਾਂ ਲਿਖ ਦਿੱਤਾ ਸੀ। ਹਾਲੇਲੂਇਆ, ਹਾਲੇਲੂਇਆ। ਬਾਈਬਲ ਦੇ ਵਿੱਚ ਪਹਿਲਾਂ ਹੀ ਇਹਦੇ ਵੇਰਵੇ ਮਿਲ ਗਏ ਸੀਗੇ ਵੀ ਇਸ ਇਨਸਾਨ ਨੇ ਕਿੱਥੇ ਪਹੁੰਚਣਾ ਆ, ਇਹਨੇ ਆਕਾਸ਼ ਦੇ ਵਿੱਚ ਆਪਣਾ, ਅੱਜ ਕਹਿੰਦੇ ਨਾ ਉਹ ਜਿਹੜਾ ਮਰ ਗਿਆ ਹੀਰੋ ਕਹਿੰਦੇ ਉਹਦਾ, ਉਹਨੇ ਬੁੱਕ ਕਰਾਇਆ ਸੀ ਪਲਾਟ ਉੱਥੇ, ਹਾਂਜੀ, ਤੇ ਉਹ ਬੁੱਕ ਹੀ ਰਹਿ ਗਿਆ। ਹਾਂਜੀ, ਆਹ ਪਿੱਛੇ ਜਿਹਨੂੰ ਆਪਣੇ ਘਰੇ ਮਾਰ ਦਿੱਤਾ, ਪਤਾ ਨੀ ਕਿ ਗਲਾ ਗੁਲਾ ਘੁੱਟ ਗਿਆ, ਸੁਸ਼ਾਂਤ ਸਿੰਘ। ਸੋ ਚਲੋ ਆਪਣਾ ਵਿਸ਼ਾ ਉਹ ਨਹੀਂ ਵੀ ਕਿਹੜਾ ਮਰਿਆ ਕਿਹੜਾ ਨਹੀਂ, ਮੈਂ ਗੱਲ ਕਰਦਾ ਪਿਆ ਵੀ ਉਹ ਲਿਖ ਕੇ ਦਿੱਤਾ ਪੈਨੇ ਵੀ ਭਾਵੇਂ ਤੂੰ ਆਕਾਸ਼ ਵਿੱਚ ਚਾਲਣਾ ਬਣਾ ਲਵੇ ਨਾ ਮੈਂ ਤੈਨੂੰ ਉੱਥੋਂ ਵੀ ਖਿੱਚ ਲਿਆਊਂਗਾ। ਸੋ ਇਸ ਕਰਕੇ ਦੋ ਲਿਖਦਾ ਮੈਂ ਚੜ੍ਹ ਜਾਵਾਂ ਜੇ ਅਸਮਾਨਾਂ ਦੇ ਉੱਤੇ ਉੱਥੇ ਹੈ ਤੁਸੀਂ, ਵਿਛਾਵਾਂ ਬਿਸਤਰਾ ਪਤਾਲ ਦੇ ਵਿੱਚ ਉੱਥੇ ਹੈ ਤੁਸੀਂ, ਖੁਦਾਇਆ ਤੇਰੀ ਰੂਹ ਤੋਂ ਭਲਾ ਨੱਸ ਕੇ ਕਿੱਥੇ ਜਾਵਾਂ। ਉਹਦੇ ਤੋਂ ਨੱਠ ਕੇ ਤੇ ਕਿਤੇ ਕੋਈ ਬਚਣ ਵਾਲਾ ਨਹੀਂ, ਜਦੋਂ ਉਹ ਖਿਲਾਫ਼ ਆ ਫਿਰ ਤੁਹਾਨੂੰ ਕੋਈ ਬਚਾ ਸਕਦਾ, ਤੇ ਜਦੋਂ ਉਹ ਹੱਕ ਦੇ ਵਿੱਚ ਹੈ ਉਦੋਂ ਤੁਹਾਨੂੰ ਕੋਈ ਮਾਰ ਵੀ ਸਕਦਾ। ਇਹ ਤੁਰਕੀ ਦਾ ਅੱਜ ਹਸ਼ਰ ਅਸੀਂ ਦੇਖਦੇ ਹੋਇਆ,
ਇਹ ਤੁਹਾਨੂੰ ਪਤਾ 3 ਸਾਲ ਪਹਿਲਾਂ ਮੈਂ ਮੈਸੇਜ ਦਿੱਤਾ ਸੀ ਇਸ ਚੀਜ਼ ਦਾ। ਇਸ ਤੁਰਕੀ ਦੇ ਬਾਦਸ਼ਾਹ ਨੇ 3 ਸਾਲ ਪਹਿਲਾਂ ਬੜੇ ਘਮੰਡ ਭਰਿਆ ਬਿਆਨ ਦਿੱਤਾ ਸੀ ਜੀ, ਕਿਹਦੇ ਖਿਲਾਫ ਭਲਾ? ਇਸਰਾਇਲ ਦੇ ਖਿਲਾਫ। ਅੱਜ ਉਹੀ ਇਸਰਾਇਲ ਮਦਦ ਕਰਨ ਡਿਆ। ਇਹਨੂੰ ਘਮੰਡ ਕਾਤੇ ਸੀ ਭਲਾ? ਇਹਦੇ ਕੋਲ ਹਥਿਆਰਾਂ ਦਾ ਜ਼ਖੀਰਾ ਸੀ ਬਹੁਤ ਵੱਡਾ, ਯਾਨੀ ਕਿ ਜਿੰਨੀਆਂ ਆਲੇ ਦੁਆਲੇ ਦੀਆਂ ਕੰਟਰੀਆਂ ਸਭ ਤੋਂ ਸ਼ਕਤੀਸ਼ਾਲੀ ਬੰਦਾ ਇਹ ਸੀਗਾ ਅਰਬੀ ਕੰਟਰੀਆਂ ਦੇ ਵਿੱਚ, ਸਾਰਿਆਂ ਦੇ ਵਿੱਚ ਆਲੇ ਦੁਆਲੇ ਦੇ। ਅਤੇ ਹਸ਼ਰ ਕੀ ਹੋਇਆ ਭਲਾ? ਹਾਂਜੀ, ਸਭ ਕੁਛ, ਸਾਰੀ ਤਾਕਤ ਧਰੀ ਦੀ ਧਰੀ ਰਹਿ ਗਈ। ਕਿਉਂ? ਕਹਿੰਦਾ ਜਿਹੜਾ ਮੇਰੇ ਬੰਦੇ ਨੂੰ ਛੇੜਦਾ ਨਾ, ਮੇਰੀ ਅੱਖ ਦੀ ਕਾਕੀ ਨੂੰ, ਮੇਰੀ ਅੱਖ ਦੀ ਪੁੱਤਰੀ ਨੂੰ ਛੇੜਦਾ। ਕਿਹਨੂੰ ਜੀ? ਕਿਹਨੂੰ ਛੇੜਦਾ ਜੀ? ਇਸ ਕਰਕੇ ਰੱਬ ਨੂੰ ਕਦੇ ਮਜ਼ਾਕ ਸਮਝਣਾ ਚਾਹੀਦਾ। ਆ ਸਾਡੇ ਭਾਈ ਜੀ ਬੋਲਦੇ ਹੁੰਦੇ ਸੀ ਨਾ, ਅਮਦਪਾਲ ਜੀ ਯਸ ਮਸੀਹ ਦੇ ਖਿਲਾਫ ਕੀ ਕੁਛ ਨਹੀਂ ਬੋਲਿਆ, ਅੱਜ ਆ ਗਿਆ ਨਾ ਡਿੱਕੇ ਦੇ ਵਿੱਚ। ਹਾਂਜੀ, ਕਿਸੇ ਸਾਈ ਨੇ ਉਹਦੇ ਉੱਤੇ ਕੋਈ ਹਮਲਾ ਕੀਤਾ? ਕਿਸੇ ਨੇ ਉਹਨੂੰ ਪੱਥਰ ਮਾਰਿਆ? ਕੁਛ ਨਹੀਂ। ਉਹਦੀ ਗ੍ਰਿਫਤਾਰੀ ਲਈ ਕੋਈ ਧਰਨੇ ਦਿੱਤੇ ਵੀ ਇਹਨੇ ਸਾਡੇ ਯਸ ਮਸੀਹ ਦੀ ਸ਼ਾਨ ਦੇ ਖਿਲਾਫ ਬੋਲਿਆ? ਕੁਛ ਨਹੀਂ। ਅੱਜ 12 ਏਜੰਸੀਆਂ ਲਾਈਆਂ ਮਗਰ ਉਹਨਾਂ ਨੇ, ਕਹਿੰਦੇ ਪਤਾ ਲਾਓ। ਸੋ ਬੰਦੇ ਨਾਲ ਬੰਦਾ ਲੜੇ ਤੇ ਉਹ ਅਲੱਗ ਗੱਲ ਆ, ਬੰਦਾ ਰੱਬ ਦੇ ਨਾਲ ਲੜੇ ਇਹ ਤੇ ਨਾ ਇਸ ਜਗ੍ਹਾ ਦੇ ਉੱਤੇ ਤੇ ਨਾ ਉੱਥੇ ਮਾਫ ਹੋ ਸਕਦਾ। ਇਨਸਾਨ ਇਨਸਾਨ ਨੂੰ ਬੁਰਾ ਕਵੇ ਤੇ ਕਵੇ, ਪਰ ਪਰਮੇਸ਼ੁਰ ਦੇ ਨਾਲ ਮੱਥਾ ਲਾ ਸਕਦੇ? ਸੋ ਕੀ ਸਾਨੂੰ ਉਹਦਾ ਵਿਧਾਨ ਸਾਨੂੰ ਕੀ ਸਮਝਾਉਂਦਾ ਹੈ, ਉਹਦੇ ਨਿਯਮ ਸਾਨੂੰ ਕੀ ਸਮਝਾਉਂਦੇ ਆ ਕਿ ਉਹ ਹਰ ਕੰਮ ਕਿੱਦਾਂ ਕਰਦਾ ਭਲਾ? ਨਿਯਮ ਦੇ ਵਿੱਚ ਰਹਿ ਕੇ ਕਰਦਾ, ਨਿਯਮ ਤੋਂ ਪਰੇ ਹੋ ਕੇ ਕੋਈ ਕੰਮ ਕਰਦਾ? ਕੋਈ ਕੰਮ ਨਹੀਂ ਕਰਦਾ। ਸੋ ਯਸੂ ਮਸੀਹ ਆਇਆ, ਉਹਨੇ 12 ਚੇਲਿਆਂ ਨੂੰ ਲਿਆ ਤੇ ਟੀਮ ਬਣਾਈ। ਪਤਰਸ ਦੇ ਬਾਰੇ ਅਸੀਂ ਪਹਿਲਾਂ ਸਿੱਖ ਚੁੱਕੇ ਵੀ ਪਤਰਸ ਦੀ ਹੀ ਇੱਕ ਐਸਾ ਹੁੰਦਾ ਸੀ ਜਿਹੜਾ ਕਹਿੰਦਾ ਸੀ ਮੋਹਰੇ ਆ ਜਾਂਦਾ ਸੀ ਫਟਾਫਟ, ਤੇ ਉਹ ਟੀਮ ਤੋਂ ਪਰੇ ਹੋ ਕੇ ਆਪਣੀ ਇੱਕ ਛਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਹਮੇਸ਼ਾ। ਕੀ ਕਰਦਾ ਸੀ ਭਲਾ? ਉਹ ਦੱਸਣਾ ਚਾਹੁੰਦਾ ਸੀ ਨਹੀਂ, ਇਸ ਟੀਮ ਦੇ ਵਿੱਚ ਮੈਂ ਠੀਕ ਹਾਂ, ਮੈਂ ਬੜਾ ਜ਼ਬਰਦਸਤ, ਮੈਂ ਬੜਾ ਧੜਕੂ ਹਾਂ, ਮੈਂ ਬੜਾ ਖਾੜਕੂ ਹਾਂ, ਮੈਂ ਬੜਾ ਨਡਾ ਰਿਹਾ, ਅਤੇ ਹਰ ਥਾਂ ਦੇ ਉੱਤੇ ਇਹਦਾ ਹੀ ਜਲੂਸ ਨਿਕਲਦਾ ਸੀ ਹਰ ਥਾਂ ਦੇ ਉੱਤੇ। ਬਾਕੀ ਚੁੱਪ ਕਰਕੇ ਬੈਠੇ ਰਹਿੰਦੇ ਤੇ ਉਹਨੂੰ ਜਾਂ ਤਾਂ ਉਹਨਾਂ ਫਿਰ ਪਤਾ ਲੱਗ ਗਿਆ ਸੀਗਾ ਇਹ ਜੋ ਕਹਿੰਦਾ ਨਾ ਇਹ ਪਹਿਲਾਂ ਹੀ ਜਾਣਦਾ ਵੀ ਆਹ ਕੁਛ ਹੋਣਾ। ਇਸ ਕਰਕੇ ਉਹ ਕੀ ਕਰਦੇ ਸੀ ਭਲਾ? ਚੁੱਪ ਰਹਿੰਦੇ ਸੀ। ਇਹ ਪਤਾ ਸੀ ਮੁੜੇ ਵੜਦਾ ਹੁੰਦਾ ਸੀ, ਪਰ ਜਦੋਂ ਪਾਕਰੂ ਆਇਆ ਇਹਨਾਂ ਦੇ ਉੱਤੇ ਤੇ ਪਤਰਸ ਉਹਨਾਂ ਨੂੰ ਪਤਾ ਲੱਗ ਗਿਆ ਟੀਮ ਤੋਂ ਬਿਨਾਂ ਗੁਜ਼ਾਰਾ, ਪਤਰਸ ਉਹਨਾਂ ਨੂੰ ਪਤਾ ਲੱਗ ਗਿਆ ਟੀਮ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਤੇ ਫਿਰ ਟੀਮ ਦਾ ਪਰੂਫ ਦਿੱਤਾ ਉਹਨੇ ਵੀ, ਯਸੂ ਮਸੀਹ ਵੀ 12 ਨੂੰ ਲੈ ਕੇ ਚੱਲਿਆ ਆਪਣੀ ਸੇਵਕਾਈ ਦੇ ਵਿੱਚ, ਤੇ ਲਿਖਿਆ ਉਹ ਵੀ ਫਿਰ ਆਪਣੇ ਸਾਥੀਆਂ ਸਣੇ ਉੱਠਿਆ। ਕਿੱਦਾਂ ਵਾਲਾ ਉੱਠਿਆ ਜੀ? ਜਦੋਂ ਲੋਕਾਂ ਨੇ ਕਿਹਾ ਨਾ ਵੀ ਇਹ ਮਸਲਾ ਕੀ ਬਣਿਆ, ਵੀ ਇਹ ਕਿਹੜੀਆਂ ਜ਼ੁਬਾਨਾਂ ਬੋਲੀ ਜਾ ਰਹੇ ਆ, ਤੇ ਕੀ ਲਿਖਿਆ ਫਿਰ ਉਹ ਆਪਣੇ ਸਾਥੀਆਂ ਸਮੇਤ ਉੱਠਿਆ। ਟੀਮ ਵਰਕ ਸ਼ੁਰੂ ਹੋਇਆ। ਫਿਰ ਕੀ ਅਸੀਂ ਪੜ੍ਹਦੇ ਹਾਂ? ਪਤਰਸ ਤੇ ਯੂਹੰਨਾ ਤੀਏ ਪਹਿਰ, ਕਦੋਂ ਜੀ ਭਲਾ? ਇਹ ਪਹਿਲਾਂ ਤੇ ਦੁਆ ਕਰਨ ਦਾ ਨਾਂ ਨਹੀਂ ਸੀ ਲੈਂਦੇ ਹੁੰਦੇ, ਇਹ ਪਹਿਲਾਂ ਸੌ ਜਾਂਦੇ ਸੀਗੇ, ਇਹਨੂੰ ਜਗਾਉਣਾ ਪੈਂਦਾ ਸੀ। ਹਾਂਜੀ, ਤੇ ਹੁਣ ਹੁਣ ਸਾਰੇ ਪੈਰਾਂ ਦੀ ਦੁਆ ਦਾ ਵੀ ਇਹਨਾਂ ਨੂੰ ਕੀ ਹੋਇਆ ਭਲਾ? ਪਤਾ ਆ, ਪਹਿਲਾਂ ਤਾਂ ਯਸੂ ਮਸੀਹ ਦੇ ਨਾਲ ਜਾਗ ਹੀ ਨਹੀਂ ਸਕੇ, ਤੇ ਹੁਣ ਹੁਣ ਯਸੂ ਮਸੀਹ ਜਿਸਮ ਦੇ ਵਿੱਚ ਤੇ ਨਾਲ ਨਹੀਂ, ਪਰ ਜਿਹੜਾ ਵਾਅਦਾ ਕਰਕੇ ਗਿਆ ਮੈਂ ਜਾਂਦਾ ਹਾਂ ਤੁਹਾਡੇ ਲਈ ਪਾਕਰੂ ਭੇਜਾਂਗਾ, ਹੁਣ ਇਹਨਾਂ ਪਤਾ ਲੱਗ ਗਿਆ ਉਹ ਜੋ ਕਹਿੰਦਾ ਸੀ ਨਾ ਉਹਦੇ ਵਿੱਚ ਦਮ ਆ, ਤੇ ਉਹ ਕੁਛ ਝੂਠ ਕਹਿੰਦਾ ਕਹਿੰਦਾ ਨਹੀਂ ਸੀ, ਤੇ ਹੁਣ ਇਹਨਾਂ ਦੇ ਪੈਰ ਟਿਕਦੇ, ਹੁਣ ਪੈਰ ਨਹੀਂ ਟਿਕਦੇ, ਤੇ ਹੁਣ ਸਾਰਾ ਕੰਮ ਵੀ ਕਿੱਦਾਂ ਹੋ ਰਿਹਾ ਭਲਾ? ਟੀਮ ਦੇ ਨਾਲ ਹੋ ਰਿਹਾ ਆ। ਪੌਲੁਸ ਨੇ ਜਿੰਨਾ ਵੀ ਕੰਮ ਕੀਤਾ ਕਿਵੇਂ ਕੀਤਾ ਭਲਾ? ਟੀਮ ਦੇ ਨਾਲ ਕੀਤਾ। ਔਰ ਸਭ ਤੋਂ ਪੌਲੁਸ ਦੀ ਖਾਸੀਅਤ ਕੀ ਸੀਗੀ? ਪੌਲੁਸ ਦੇ ਨਾਲ ਬੀਬੀਆਂ ਦੀ ਟੀਮ ਸੀ, ਸਭ ਤੋਂ ਵੱਧ ਬੀਬੀਆਂ ਦੀ ਟੀਮ ਕਿਹਦੇ ਨਾਲ ਸੀ ਭਲਾ? ਸ਼ਾਗਿਰਦਾਂ ਦੇ ਵਿੱਚੋਂ ਸੰਤ ਪੌਲੁਸ ਦੇ ਨਾਲ। ਔਰ ਉਹ ਬੀਬੀਆਂ ਐਸੀਆਂ ਬੀਬੀਆਂ ਸੀਗੀਆਂ, ਉਹਨਾਂ ਦੇ ਉੱਤੇ ਆਉਣ ਵਾਲੇ ਸਮੇਂ 'ਚ ਅਸੀਂ ਸਿੱਖਾਂਗੇ, ਉਹਨਾਂ ਦੀ ਸੇਵਕਾਈ ਦੀ ਤੁਲਨਾ ਦੇ ਵਿੱਚ ਬੜੇ ਬੜੇ ਸ਼ਾਗਿਰਦ ਵੀ ਕੋਈ ਖਾਸ ਅਹਿਮੀਅਤ ਰੱਖਦੇ? ਔਰ ਖਾਸ ਕਰਕੇ ਉਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਕਿ ਪਤਾ ਸੀਗਾ
ਵੀ ਸਿੱਧੀ ਸਿੱਧੀ ਸਜ਼ਾ ਕੀ ਹੈ ਭਲਾ? ਮੌਤ ਆ। ਬਾਵਜੂਦ ਇਹਦੇ ਉਹ ਭੈਣਾਂ ਨੇ ਜਿਵੇਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੇਵਾ ਦੇ ਕੰਮ ਨੂੰ ਕੀਤਾ, ਉਹ ਆਪਣੇ ਆਪ 'ਚ ਕੀ ਹੈ ਭਲਾ? ਇੱਕ ਮਿਸਾਲ ਆ। ਸੋ ਟੀਮ ਤੋਂ ਬਿਨਾਂ ਕੁਛ ਵੀ ਨਹੀਂ ਹੈ। ਅਤੇ ਟੀਮ ਦੇ ਉੱਤੇ ਅਸੀਂ ਪੜ੍ਹਦੇ ਹਾਂ ਇੱਕ ਵਚਨ ਕਿ ਖੁਦਾ ਦੇ ਨਿਯਮ ਨੂੰ ਸਮਝਦੇ ਹੋਏ ਜੇ ਖੁਦਾ ਨੇ ਟੀਮ ਵਰਕ ਕੀਤਾ ਨਾ, ਤਾਂ ਫਿਰ ਜੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਵੀ ਕੁਛ ਕਰ ਗੁਜ਼ਰੀਏ, ਤਾਂ ਫਿਰ ਸਾਨੂੰ ਵੀ ਕੀ ਚਾਹੀਦਾ? ਇੱਕ ਟੀਮ ਚਾਹੀਦੀ ਹੈ। ਅਸੀਂ ਪੜ੍ਹਾਂਗੇ ਗਿਣਤੀ ਦੀ ਕਿਤਾਬ 11 ਅਧਿਆਇ ਉਹਦੀ 14 ਆਇਤ ਤੋਂ ਪੜ੍ਹਾਂਗੇ। ਗਿਣਤੀ ਦੀ ਕਿਤਾਬ 11 ਅਧਿਆਇ ਉਹਦੀ 14 ਆਇਤ, ਆਪਣੇ ਮੂਸਾ ਦੀ ਲਿਖੀ ਹੋਈ ਬਾਈਬਲ ਦੀ ਓਲਡ ਟੈਸਟਮੈਂਟ ਚੋਂ ਗਿਣਤੀ ਦੀ ਕਿਤਾਬ ਜੀ 14 ਦੀ 11 ਦੀ 14 ਤੋਂ। ਮੈਂ ਅਕੇਲਾ ਇਨ ਸਭ ਲੋਗੋਂ ਕਾ ਬਾਰ ਨਹੀਂ ਸੰਭਾਲ ਸਕਤਾ ਕਿਉਂਕਿ ਜੇ ਮੇਰੀ ਸ਼ਕਤੀ ਕੇ ਬਾਹਰ ਹੈ। ਕੀ ਕਹਿੰਦਾ ਜੀ ਹੁਣ ਮੂਸਾ? ਕਹਿ ਰਿਹਾ ਕੀ ਕਹਿ ਰਿਹਾ ਪਰਮੇਸ਼ਰ ਨੂੰ? ਮੈਂ ਕੱਲਾ ਇਹਨਾਂ ਦਾ ਭਾਰ ਨਹੀਂ ਚੁੱਕ ਸਕਦਾ। ਹਾਲੇਲੂਇਆ ਹਾਲੇਲੂਇਆ। ਕੀ ਕਹਿੰਦਾ ਭਲਾ? ਮੈਂ ਕੱਲਾ ਇਹਨਾਂ ਦਾ ਭਾਰ ਨਹੀਂ ਪਾ ਸਕਦਾ। ਕਿਉਂ ਕਿਉਂ ਨਹੀਂ ਸੰਭਾਲ ਸਕਦਾ? ਸ਼ਕਤੀ ਇਹ ਕਹਿੰਦਾ ਮੇਰੀ ਸ਼ਕਤੀ ਤੋਂ ਬਾਹਰ। ਇਹ ਕਿਉਂ ਕਹਿਣਾ ਪਿਆ? ਉੱਪਰਲੀ ਲਾਈਨ ਪੜੋ, ਬਲਕਿ 12 ਤੋਂ ਪੜੋ। ਕਿਆ ਜੇ ਸਭ ਲੋਕ ਮੇਰੀ ਹੀ ਕੋਖ ਮੇ ਪੜੇ ਤੇ। ਹਾਂਜੀ ਹੁਣ ਕੀ ਕਹਿੰਦਾ? ਕਹਿੰਦਾ ਮੈਂ ਹੀ ਇਹਨਾਂ ਕਿਤੇ ਜਨਮਾਇਆ ਜਾਂ ਕੀ ਇਹ ਮੇਰੀ ਕੋਖ ਤੋਂ ਪੈਦਾ ਹੋਇਆ? ਕਿਆ ਮੈਂ ਹੀ ਨੇ ਉਨਕੋ ਉਤਪਨ ਕੀਆ? ਹਾਂਜੀ ਜੋ ਤੂੰ ਮੁਝਸੇ ਕਹਿਤਾ ਹੈ ਕਿ ਜੈਸੇ ਪਿਤਾ ਦੂਧ ਪੀਤੇ ਬਾਲਕ ਕੋ ਆਪਣੀ ਗੋਦ ਮੇ ਉਠਾਏ ਉਠਾਏ ਫਿਰਤਾ ਹੈ, ਵੈਸੇ ਹੀ ਮੈਂ ਇਨ ਲੋਗੋਂ ਕੋ ਆਪਣੀ ਗੋਦ ਮੇ ਉਠਾ ਕਰ ਉਸ ਦੇਸ਼ ਮੇ ਲੈ ਜਾਊਂ ਜਿਸਕੇ ਦੇਣੇ ਕੀ ਸ਼ਪਥ ਤੂਨੇ ਉਨਕੇ ਪੂਰਵਜੋਂ ਸੇ ਖਾਈ ਹੈ। ਹਾਂਜੀ ਬਿਲਕੁਲ। ਮੁਝੇ ਇਤਨਾ ਮਾਸ ਕਹਾਂ ਸੇ ਮਿਲੇ ਕਿ ਇਨ ਸਭ ਲੋਗੋਂ ਕੋ ਦੂੰ, ਜੇ ਜੇ ਕਹਿ ਕਰ ਮੇਰੇ ਪਾਸ ਰੋ ਰਹੇ ਹੈ ਕਿ ਤੂੰ ਹਮੇ ਮਾਸ ਖਾਣੇ ਕੋ ਦੇ। ਕੀ ਕੱਲ ਕੱਲ ਹੀ ਰੋ ਰਹੇ ਜੀ? ਮਾਸ ਖਾਣ ਨੂੰ ਦੇ। ਬੜਾ ਸਕਾਲ ਜੀ, ਮਾਸ ਖਾਣ ਨੂੰ ਦੇ। ਆਪਾਂ ਵੀ ਤਾਂ ਜੇ ਇਹਨਾਂ ਚੀਜ਼ਾਂ ਨੂੰ ਰੋਣ ਡੇ। ਉਹਦਾ ਵਾਅਦਾ ਦੇਖੋ ਕਿੱਡਾ ਵੱਡਾ, ਮਿਸਰ ਦੇ ਵਿੱਚੋਂ ਕੱਢ ਕੇ ਲਿਆਇਆ ਏਡੀ ਸ਼ਾਨੋ ਸ਼ੌਕਤ ਦੇ ਨਾਲ। ਕਈ ਜਗ੍ਹਾ ਦੇ ਉੱਤੇ ਇਹਨਾਂ ਨੂੰ ਯੁੱਧ ਵੀ ਨਹੀਂ ਕਰਨਾ ਪਿਆ, ਕਈ ਜਗ੍ਹਾ ਦੇ ਉੱਤੇ ਮੋਹਰੇ ਹੋ ਕੇ ਯੁੱਧ ਕੀਤਾ, ਕਈ ਜਗ੍ਹਾ ਜਿੱਥੇ ਇਹਨਾਂ ਨੂੰ ਲੱਗਿਆ ਵੀ ਨਹੀਂ ਅਗਲੇ ਤਾਕਤਵਰ ਆ, ਤੇ ਮੂਸਾ ਨੇ ਪਰਮੇਸ਼ੁਰ ਦੇ ਅੱਗੇ ਗੱਲ ਰੱਖੀ, ਉਹ ਚੁੱਪ ਮੈਂ ਹੈਗਾ ਨਾ। ਹਾਂਜੀ ਕਿੰਨੇ ਯੁੱਧ ਪਰਮੇਸ਼ੁਰ ਨੇ ਲੜੇ, ਸੈਨਾਵਾਂ ਅੱਗੇ ਉਹ ਤਾਕਤਵਰ ਸੀ, ਪਰਮੇਸ਼ੁਰ ਨੇ ਉਹਨਾਂ ਨੂੰ ਘੋੜਿਆਂ ਦੀਆਂ ਆਵਾਜ਼ਾਂ ਤੇ ਰੱਥਾਂ ਦੀਆਂ ਆਵਾਜ਼ਾਂ ਏਦਾਂ ਦੀਆਂ ਸੁਣਾਈਆਂ ਉਹਨਾਂ ਨੂੰ ਲੱਗਿਆ ਕਿ ਬਹੁਤ ਵੱਡੀ ਸੈਨਾ ਸਾਡੇ ਉੱਤੇ ਹਮਲਾ ਕਰਨ ਆ ਰਹੀ ਹੈ, ਤੇ ਉਹ ਓਦਾਂ ਹੀ ਇਹਨਾਂ ਦੀਆਂ ਛਾਉਣੀਆਂ ਛੱਡ ਕੇ ਆਪਣੀਆਂ ਭੱਜ ਗਏ। ਇੰਨਾ ਕੁਛ ਪਰਮੇਸ਼ੁਰ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਸਭ ਕੁਛ ਕੀ ਕਰਦਾ? ਕਰਦਾ ਰਿਹਾ ਆ। ਇਹ ਸਮੁੰਦਰ ਤੇ ਆ ਕੇ ਵੀ ਇਹ ਬੇਚਾਰੇ ਰੋਏ ਵੀ ਹੁਣ ਕੀ ਬਣੂਗਾ ਕੀ ਹੋਊਗਾ, ਕਹਿੰਦਾ ਚੁੱਪ ਚਾਪ ਖੜੇ ਰਹੋ। ਅੱਜ ਤੁਸੀਂ ਕਹਿੰਦਾ ਜਿਹੜਾ ਆਹ ਦੇਖਦੇ ਹੋ ਨਾ ਪਿੱਛੇ ਸੈਨਾ ਜੇ ਤੋਂ ਘਬਰਾਏ ਹੋਏ ਹੋ, ਇਹ ਅੱਜ ਤੋਂ ਬਾਅਦ ਨਹੀਂ ਤੁਸੀਂ ਦੇਖੋਗੇ। ਤੇ ਬਾਦਸ਼ਾਹ ਤੇ ਬਾਦਸ਼ਾਹ ਸਮੇਤ ਉਹਦੀ ਸੈਨਾ ਕੋਈ ਨੀ ਬਚਿਆ, ਇੱਕ ਵੀ ਸ਼ਖਸ ਉਹਦੇ ਵਿੱਚ ਬਚਿਆ ਬਚਿਆ ਨੀ, ਆਪਣੀਆਂ ਅੱਖਾਂ ਦੇ ਨਾਲ ਦੇਖ ਕੇ ਆਏ ਆ। ਤੇ ਇਹਨਾਂ ਦੀ ਹੁਣ ਸਿਸਟਮ ਦੇਖਿਓ, ਚਾਰ ਐਤ ਪੜ੍ਹੀਏ ਜਰਾ। ਇਹ ਜਿਹਨਾਂ ਨੂੰ ਏਡੇ ਵੱਡੇ ਮੌਜੇ ਨਾਲ ਲੈ ਕੇ ਆਇਆ, ਫਿਰ ਜੋ ਮਿਲੀ ਜੁਲੀ ਵੀ ਉਨਕੇ ਸਾਥ ਹੀ ਮੈਂ ਕਾਮੁਕਤਾ ਕਰਨੇ ਲਗੀ, ਔਰ ਇਸਰਾਇਲੀ ਵੀ ਫਿਰ ਰੋਣੇ ਔਰ ਕਹਿਣੇ ਲਗੇ, ਹਮੇ ਮਾਸ ਖਾਣੇ ਕੋ ਕੌਣ ਦੇ। ਦੇਖੋ ਯਹੋਵਾ ਪਰਮੇਸ਼ਵਰ ਨਾਲ, ਪਰਮੇਸ਼ਵਰ ਦੀ ਅਗਵਾਈ ਇਹਨਾਂ ਦੇ ਨਾਲ, ਅੱਗ ਦੇ ਰੂਪ ਦੇ ਵਿੱਚ, ਬੱਦਲ ਦੇ ਰੂਪ ਦੇ ਵਿੱਚ ਅੱਗੇ, ਖਤਰਾ ਇਹਨਾਂ ਦੇ ਅੱਗੇ ਤੇ ਉਹ ਇਹਨਾਂ ਦੇ ਅੱਗੇ, ਖਤਰਾ ਇਹਨਾਂ ਦੇ ਪਿੱਛੇ ਤੇ ਉਹ ਇਹਨਾਂ ਦੇ, ਯਾਨੀ ਦੁਸ਼ਮਣਾਂ ਦੇ ਵਿੱਚ ਤੇ ਇਹਨਾਂ ਦੇ ਵਿਚਕਾਰ ਪਰਮੇਸ਼ਵਰ ਆਪ ਚੱਲਦਾ ਪਿਆ, ਔਰ ਕਿਸੇ ਵੀ ਤਾਕਤ ਨੂੰ ਇਹਨਾਂ ਦੇ ਲਾਗੇ ਆਉਣ ਦਿੰਦਾ ਦਿੰਦਾ ਨਹੀਂ। ਤੇ ਡਿਮਾਂਡ ਕਿਹੜੀ? ਅੱਜ ਵੀ ਚਰਚ ਜੇ ਕਿਸੇ ਨਾ ਮਿਲੇ ਗੁੱਸੇ ਹੋ ਜਾਂਦਾ, ਕਹਿੰਦਾ ਸਾਨੂੰ ਤੇ ਦਾਲ ਹੀ ਮਿਲੀ ਸੀ। ਹਾਂਜੀ ਉਦੋਂ ਫਿਰ ਇਹ ਇਸਰਾਇਲੀ ਚੇਤੇ ਚੇਤੇ ਆ ਜਾਂਦੇ, ਲੋ ਜੀ ਬਾਕੀ ਤੇ ਚਾਰ ਚਾਰ ਪੀਸ ਪਾ ਕੇ ਲੱਗੇ, ਸਾਨੂੰ ਤੇ ਇੱਕ ਵੀ ਵੀ ਕਮਲਿਆ ਰੋਜ਼ ਘਰ ਵੀ ਤੇ ਖਾਣਾ ਹੀ, ਜਦੋਂ ਇੱਕ ਦਿਨ ਚਰਚ ਨਾ ਮਿਲਿਆ ਤੇ ਤੂੰ ਚੁੱਪ ਰਿਹਾ, ਸਮਾਂ ਤੇਰੀ ਰੱਬ ਤੇਰੇ ਉੱਤੇ ਕਿਰਪਾ ਕਰੂਗਾ, ਸਮਾਂ ਤੈਨੂੰ ਕੋਈ ਪੁੱਛਦਾ, ਉਹਨੂੰ ਕਹਿੰਦਾ ਨਹੀਂ ਮੈਂ 8 ਖਾਧੇ ਸੀਗੇ, ਆਹ ਮੇਰੇ ਲਈ ਉਹ ਵੀ ਖਾਣਾ ਸੀ ਜਿਹੜਾ ਉੱਥੇ ਪੁਲਪਟ ਤੋਂ ਖੁਦਾ ਦੇ ਦਾਸ ਨੇ ਬਖਸ਼ਿਆ ਸੀ। ਹਾਂਜੀ ਝੂਠ ਵੀ ਨਹੀਂ ਨਾ ਮਾਰਨਾ,
नहीं नहीं मैं नाल उदाहरण दे रहा मेरे लिए मीट तो वध सीगा जिहड़ा मैं अंदर पहला इधर किचन वाले पासे आउण तो पहला इधर डाइनिंग हाल चो आउण तो पहला जिहड़ा मैं उत्थे खा गया वह तुहाडे चार पीसां नालों ज्यादा किते उत्तम सीगा। इसलिए इहदी कोई गल क्योंकि मैं चर्च दे विच मास खाण नहीं बल्कि मैं अपने प्रभु दे वचन नूं खाण वास्ते आया। मादा किदां दा होना चाहीदा इदां दा जे सिख्या प्राप्त होईए ते इदां दी जे कोई चवल पुणे दी गल करे ते उह फिर कौन हुंदा भला ओनू फिर आप चवली कहे इस तू ज्यादा कुछ भी कह सकते ओनू विश्वासी या शगिर्द नहीं लफज क्यों होना चाहता भला ए चवल है ये पहला भी चवलियां मारदा सी ते हुण भी चवलियां ही ते इन्हें जिंदगी च चवलियां ही मारनिया एदे नसीब दे विच ही चवल पुणा है ये बनिया ही बने ही चवल है ये बुनियाद ही चवलों की है इनू अहमियत का पता ही आ देख की कह रहे कहते असी मास कितों जिन्हें सारी दुनिया का मास बनाया ओदी हजूरी दे वेच कह रहे असी कितों अज भी चेते रखियो ओदी दुआ रब ने नहीं सुननी जिहड़ा इहो जी दुआ करदा मैं कितों खाऊंगा। यहोवा परमेश्वर नूं अपना मुक्तिदाता मान के जिहड़ा कहिंदा मैं कितों खाऊंगा ओ फिर खादा होया भुखा ही रहूगा ओ कदे तृप्त हो सकदा ओदी कदे भुख नहीं मिट सकदी ते ना कदे ओदी प्यास मिट सकदी है जिहड़ा ओदी हजूरी दे विच कहे ओदी हजूरी च ते ना भुखिया ते ना ही हालेलुया ओदी हजूरी च ना कोई भुख ते ना कोई प्यास। इंग्लैंड दा मिशनरी आउंदा पिया सी ना अपने बच्चे नूं नाल लैके सेवा दे विच निकलिया अफ्रीकन देश नूं जा रहा सीगा ते राह दे विच ओदे बच्चे दी फिर मौत हो गई शिप दे विच जिहड़ा छोटे उदों हुंदे सी जहाज अजकल वांगू शिप थोड़ी हुंदे सीगे ते हुण विरोधी ते चाहुंदा मतलब कहिंदा भाभी हुण बच्चे नूं लैके वापस जावे ते उहने ना बच्चे नूं वापस नहीं लैके गया उहने चुक के बच्चे नूं समुंदर दी भेंट कीता ते प्रभु दी सेवा दे चंगे वधदा रहा। तुसीं की कीता प्रभु दे लई? हां जी ते फिर असीं की कहिंदे आ खुदा दे दास प्रार्थना करन ते साडे उत्ते रब की करे रहम करे। ये जिन्ना कठा किया है इको रात दे झटके विच लै गया तुरकी जिदा ही उठे कहिंदे मेरा घर कित्थे वो लभदा नहीं पिया घर ही जमीन दे विच तीन तीन मंजिले घर कित्थे कठा करदे सारी जिंदगी ते नष्ट होण लग्गिया। इस करके यीशु मसीह ने बुनियादी उपदेश की कहिंदा कहिंदा धरती उत्ते धन ना जोड़ो की करो भला धरती उत्ते जिथे कीड़ा खा जांदा बल्कि अपने लिए कित्थे धन जोड़ो स्वर्ग दे विच जोड़ो। हालेलुया ते आया जुड़दा पिया जिहड़ा हुण आपां करदे पए स्वर्ग धन जोड़ने का मतलब की है आ जिहड़ा तुसीं परमेश्वर की हजूरी विच बैठे हो ना ਇਹ ਧਨ ਹੈ ਜਿਹੜਾ ਤੁਸੀਂ ਕਿੱਥੇ ਜੋੜ ਰਹੇ ਭਲਾ ਸਵਰਗ ਇਹ ਤੁਹਾਡੇ ਕੋਲ ਕਦੇ ਖੋਇਆ ਜਾ ਇਹ ਨਾ ਕੋਈ ਭੁਚਾਲ ਤੁਹਾਡੇ ਕੋਲ ਖੋ ਸਕਦਾ ਨਾ ਕੋਈ ਤੂਫਾਨ ਖੋ ਸਕਦਾ ਨਾ ਕੋਈ ਸੈਨਾ ਖੋ ਸਕਦੀ ਆ ਨਾ ਹੀ ਕੋਈ ਬਲਸ਼ਾਲੀ ਬੰਦਾ ਖੋ ਸਕਦਾ ਇਹਨੂੰ ਖੋਣ ਦੀ ਤਾਕਤ ਕਿਸੇ ਦੇ ਵਿੱਚ ਵੀ ਤੇ ਬਾਕੀ ਦਾ ਪਤਾ ਨਹੀਂ ਲੱਗਣਾ ਕਦੋਂ ਹੋਇਆ ਹਲੇ ਕਰਦੇ ਇੱਦਾਂ ਦਾ ਸਿਸਟਮ ਆ ਸਾਡੇ ਬਿੱਲਾ ਕੰਟਰੈਕਟਰ ਇੱਕ ਵਾਰੀ ਵਾਹ ਇਹਨੇ ਪੈਸੇ ਪੂਸੇ ਜਮ੍ਹਾਂ ਕਰਾਏ ਹੋਏ ਸੀਗੇ ਤੇ ਸਵੇਰੇ ਉੱਠਿਆ ਤੇ ਦੇਖਿਆ ਖਾਲਾ ਖਾਤਾ ਕੀ ਸੀ ਭਲਾ ਖਾਲੀ ਪਤਾ ਲੱਗਾ ਆਈ ਆਰ ਐਸ ਵਾਲੇ ਸਾਰੇ ਲੈ ਗਏ ਹਾਂਜੀ ਜਿਹਦਾ ਹੈਗਾ ਉਹਨੇ ਲੈ ਜਾਣਾ ਹਾਲੇਲੂਇਆ ਤੇ ਯਾਦ ਰੱਖੋ ਜਿੰਨਾ ਅਧਿਕਾਰ ਪਰਮੇਸ਼ਵਰ ਦਾ ਸਾਡੇ ਉੱਤੇ ਹੈ ਨਾ ਤੇ ਉਹ ਵਿਰੋਧੀ ਵੀ ਕੋਈ ਛੋਟਾ ਅਧਿਕਾਰ ਰੱਖਦਾ ਨਹੀਂ ਰੱਖਦਾ ਨਹੀਂ ਉਹ ਵੀ ਤਾਕਤ ਪੂਰੀ ਲਾ ਕੇ ਬੈਠਾ ਆ ਤੇ ਇਹ ਹੁਣ ਕੀ ਕਹਿੰਦੇ ਪਏ ਆ ਜਿਹੜੀ ਮਿਲੀ ਜੁਲੀ ਸੀ ਭੀੜ ਆਈ ਸੀ ਨਾ ਜਿਹੜੀ ਲੱਕੜ ਦੇ ਨਾਲ ਲੋਹਾ ਵੀ ਤਰਿਆ ਸੀਗਾ ਉਹਨਾਂ ਨੇ ਆਪਣੇ ਅੰਦਰ ਪਹਿਲਾਂ ਕਾਮ ਮੁਕਤਾ ਲਿਆਂਦੀ ਉਹਨਾਂ ਨੇ ਹੌਲੀ ਹੌਲੀ ਖੁਸਰ ਫੁਸਰ ਕਰਨਾ ਉਹ ਕਾਹਦਾ ਖੁਦਾ ਹੋਏ ਓਦਾਂ ਅਚਾਨਕ ਹੋ ਗਿਆ ਉਹ ਖੁਦਾ ਖਦੂ ਕੋਈ ਨਹੀਂ ਸੀਗਾ ਐਵੇਂ ਚੱਕ ਜਾ ਪਵੋ ਇਹ ਓਦਾਂ ਹੀ ਸੀਗਾ ਕੋਈ ਸਿਸਟਮ ਹੋ ਗਿਆ ਪਾਣੀ ਕਿਤੇ ਕੁਦਰਤੀ ਓਦਾਂ ਹੀ ਹਵਾ ਹਵਾ ਦੇ ਨਾਲ ਹੱਟ ਉੱਟ ਗਿਆ ਤੇ ਜਗ੍ਹਾ ਮਿਲ ਗਈ ਸੀਗੀ ਐਵੇਂ ਚੱਕ ਜਾ ਪਵੋ ਉੱਥੇ ਦੇਖੋ ਕਿੰਨੀ ਮੌਜਾਂ ਸੀਗੀਆਂ ਭਾਵੇਂ ਗੁਲਾਮੀ ਦੇ ਵਿੱਚ ਹੀ ਸੀਗੇ ਕਿੰਨਾ ਕੁਛ ਖਾਣ ਨੂੰ ਮਿਲਿਆ ਕੀ ਕਹਿੰਦੇ ਸੀ ਭਲਾ ਅੱਗੇ ਦੇਖੋ ਕੈਸੀ ਬੇਵਕੂਫਾਨਾ ਗੱਲ ਕਰ ਰਹੇ ਕਹਿੰਦੇ ਹਮੇ ਵਹਾਂ ਮਛਲੀਆਂ ਕਿ ਜਿਹੜੀਆਂ ਸੀਨੀਆਂ ਕਹਿੰਦੇ ਖਾਂਦੇ ਉਹ ਯਾਦ ਆਉਂਦੀਆਂ ਪਈਆਂ ਕੀ ਆਉਂਦੀਆਂ ਪਈਆਂ ਭਲਾ ਕੀ ਆਉਂਦੀਆਂ ਪਈਆਂ ਜੀ ਹਮੇ ਵਹ ਮਛਲੀਆਂ ਸਮਰਨ ਹੈ ਜੋ ਹਮ ਮਿਸਰ ਮੇਂ ਸੇਤ ਮੇਂ ਖਾਇਆ ਕਰਤੇ ਥੇ ਔਰ ਵਹ ਖੀਰੇ
देखो केड़ी केड़ी चीज परमेश्वर की हजूरी विच चेते कराउण रहे हैं। की खांदे भला कहिंदे ओ मछलियां ओ जिहड़े असीं की खांदे सी भला खीरे ओ खरबूजे ओ गदने ओ प्याज ओ लसन तक कराउण रहे हैं कितने केड़ी हजूरी विच भला। इन्हां नूं कुट पवे ते क्यों ना पवे। हां जी इन्हां नूं कुट पैणी अवश्य है केड़ी हजूरी दे विच परमेश्वर की हजूरी कहते परंतु अब हमारा जी घबरा गया। यहां पर इस मन्ना को छोड़ और कुछ दिखाई देता ही देता नहीं तो इस तो अगे फिर मूसा अगे आके गल करता है जी असि पढ़ी है मैं अकेला इन सब लोगों का भार नहीं संभाल सकता क्योंकि ये मेरी शक्ति के बाहर है और जो मुझे तेरे साथ जो तुझे मेरे साथ यही व्यवहार करना है तो मुझ पर इतना अनुग्रह हो कि तू मेरे प्राण एकदम ले जाए। की कह रहे मूसा हूं इसे कौम दे वास्ते उन्हें कितनी जलन सी भला अपना उन्हें तख्त भी त्याग दिता सी। की किता भला इस कौम दे वास्ते की किता उन्हें अपना तख्त छड्डिया सी अपना ऐशो आराम अपना सुख बिलास सब कुछ अगे इब्रानियों दे जगह तजा लिखा इसे कौम दे लई कि एक दिन रब की कृपा होवे ते मैं इस कौम नूं किसे तरह इस गुलामी तो कड्डा ए जज्बा सी उहदे अंदर शुरू तो बचपन तो ही इसे जज्बे दे विचों पलिया ते जवान होया इसे जज्बे दा करके उन्हें मिसरी नूं कतल कीता उस कतल दा करके उन्हें मिसर छड्ड के भजना पिया फिर जाके इसे कौम दा करके वह फिर आशा दे विच आ साडे बाप दादियां दा परमेश्वर झूठा परमेश्वर नहीं है वह जरूर कितने ना कि कोई ना कोई सिस्टम बनावेगा ते जाके बाहर भेड़ बकरियां चारण दिया ते 40 साल इंतजार करता रहा प्रभु वालों कोई ना कोई स्नेहा जरूर आवेगा ते 40 साल बाद स्नेहा आया जदों किन्ना हो गया 80 साल ते ओ जिहड़ा बाद विच इन्हां नूं लै के तुरिया फिरदा हुण कित्थों तक इन्हां ने उन्हूं लै आंदा भला बोलो सारे ने की कहिंदा परमेश्वर अगे कहिंदा इस कौम दे नखरे हुण मैं झल सकदा नहीं इस कौम दे हुण नखरे मेरे कोल झले जांदे इन्हां दी गल्लां हुण सुनन तों बाद इन्हां नाल मैं तेरियां गल्लां करदा आ तेरे कलाम दियां गल्लां करदा ए वखरियां गल्लां लै के आंदे आ इन्हां दा सिस्टम ए वखरी योजना बना के अगे लै आंदे आ इस करके कहिंदा हुण मैं जीउणा वी चाहुंदा हुण ते मेरा काम ही कहिंदा करदे ए भी तेरा अनुग्रह ही होगा की होगा भला जे तू मैनूं मार दवे ना ए भी मैं समझूंगा तेरा अनुग्रह है जिससे मैं अपनी दुर्दशा ना देख पाऊं ए भी समझो मूसा दी अपने बारे भविष्यवाणी सी इन्हां ने वाकई उहदा ओह हाल कीता अंत विच जाके बेचारा उस देश विच जाण तों वी इस इन्हां लोकां दा करके जिन्हां दा करके उहने इन्ना कुछ कीता। 16 आयत नूं पढ़दे आं यहोवा ने मूसा से कहा इसराइली पुरनियों में से 70 ऐसे पुरश ले कहिंदा मैं कल्ला ही आ ना हुण परमेश्वर नूं की योजना दसदा पिया कहिंदा इसराइलियां विचों किन्ने पुरश लै भला 70 पुरुष ले जिनको तू जानता है कि वह प्रजा के पुरनिये और उनके सरदार और मिलाप वाले तंबू के पास ले आके वह तेरे साथ खड़े हो। किन्ने जी बोलो सारे ने किन्ने जी मूसा वर्गे बंदे नू जिन्नू परमेश्वर ने आप बुलाया हुण उन्नू भी कहिंदा कहिंदा काका एक गल चेते रख ए किसे एक बंदे दा काम ए किसे एक बंदे दा काम ये प्रार्थना भी कली मैं करा ते ए मेरे कले दा काम ए प्रार्थना ए करन ते इन्हां दे कले दा काम ए प्रार्थना ए करन ते इन्हां दे कले दा काम ए ते प्रार्थना जदों सारे करनगे ते उदों ए काम बनना कदों बनना भला जदों सारे अपनी जिम्मेवारी समझण कहिंदा 70 पुरश लै ला बाकी तैनू अगे मैं दसदा भी करना करना की है इहदे नाल इक आयत पढ़ लैंदे आ तां कि सानू समझ आवे भी असीं सीखना की है पढ़ांगे इहनूं बंद नहीं करना पहला थसलुनीके 5:14 आयत पढ़ांगे नहीं 5:14 11 तो पढ़ लो पहला 11 पढ़ लो फिर 14 पढ़ी जल्दी पहला थसलुनीके 5:11 आयत फिर 14 आयत पढ़ांगे और हे भाइयो 11 पढ़ो 5:11 इस कारण एक दूसरे को शांति दो की करो भला
बोलो सारे, टीम वर्क का मतलब की है भला, एक दूजे की दो, बोलो सारे की दो जी, एक दूजे नु बेदिल ना करो, की दो शांति दो। उन्होंने कहा कोई गल नहीं भाई, चिंता ना कर, प्रभु हैगा। हाले की कहना भला, ए ना क्या करो, मैं हैगा तेरा कोई पता, तू सवेर नु होना कि नहीं, जिन्हें रहना है ओदी गल करो। हां जी, तो असि पिछले दिन सिखिया से ना भी हाए ओदे उत्ते जेदा भरोसा किसे इंसान दा की है। मैं तुहानू हुण वचन सुणाउण डिया, पता नहीं सिरे तुहाडे विच होना भी है कि नहीं होना, ते फिर किहनू याद रखो भला, ओहनू रखो जेहड़ा सी, जेहड़ा है ते जेहड़ा रहेगा। हालेलुया। ते जदों ओहदे उत्ते भरोसा रख के चलांगे ते फिर कदे फेल हो सकदे, क्योंकि ओह साडा की है सहायक, ओह साडा की है मददगार है। इस कारण एक दूसरे को की दो जी, सब तो पहला एक मसीही जीवन दे विच नियम की होना चाहिए आ, असी कदे किसे नू बेदिल करना नहीं, कदे किसे नू बेदिल करना नहीं, बल्कि की देनी है भला, असी वो काम नहीं करना जिदा बेचारा कोई हुंदा ना बीमार, तो उहदा पता लैण जांदे आ, ते साडियां पुरानियां बीबियां हुंदियां सीगियां, हा वे तू ते रह गया, तेरे ते पल्ले ही कुछ नहीं रहा, तू ते पछाणे नहीं जांदा, मैनूं नहीं लगदा चार दिन कढूंगा। हां जी, वह बेचारा वाकई चौथे ने पता लगता वाकई नहीं रहा, बीमारी ने नहीं मारिया, बीबी दी उस गल नहीं, केड़ी गल भला, तेरे च रहा ही कख नहीं, जबकि उल्टा की कहना भला, किसे नु नहीं कहना तेरा कख ना रवे, ते ना किसे ने कहना तेरा कख नहीं रहा, ओनू कहो तू ते हैगा ना, यही बहुत है। हले लोईया की है भला, अमिताभ बच्चन जो किसी ने पूछा ना, कहते सब कुछ चला गया, हूं ते तेरा सब कुछ बैंक करप्ट तू हो गया, तेरे पले कुछ नहीं रहा, हूं ते तेरा घर भी जरा वह भी समझ लो गया ही गया आ, ते हूं ते एको केड़ी उम्मीद है, कहना सब कुछ चला गया पर मैं है, की है भला, सब कुछ चला गया पर मैं हैगा आ, ते ओ अज भी हैगा, कारण की है भला, जदों तुहाडे तुहानू सब तो पहला की है, परमेश्वर ने मैनू बनाया, मेरा रचनहार है, मैनू अपने आप दे उत्ते हमेशा कॉन्फिडेंस रहना चाहिए। हालेलुया। कॉन्फिडेंस गया तो समझ लो सब कुछ गया, तो साडा पहला फर्ज की है, निजम बना लो भी कदे भी किसी नू बेदिल करना नहीं, हमेशा अगर कुछ करना है तो अगले नू की दो भला, दलेरी दो। हालेलुया। की दो दलेरी देनी, ओनू बेदिल करना, बेदिल नहीं करना। इस कारण एक दूसरे को शांति दो और एक दूसरे की उन्नति के कारण बनो। की बनो जी, बोलो सारे, निजम की है भला, असि तो दूजे की बर्बादी के कारण बनते हैं, असि तो जदों मौका मिलता, अच्छा भाई बलवीर आ गया ना, बड़ा जो टैक्सी चला बड़ी धौन तां च सरिया पिया हुंदा सी, हुण ऐन एकदम सरिया निकलिया होया, हुण ते रबड़ वांगू है, जिदन मर्जी मरोड़ लो। हां जी, एदा नहीं, बल्कि की कहना भला, बोलो सारे की करना जी, एक दूसरे की की करो, उन्ती दा कारण बनो, निदान तुम ऐसा करते भी हो, करते भी सीगे तामी उन्ने दास होंदे की समझे, कहना तुसी करते हो, इच कोई शक की गल नहीं, पर मैं तुहानू की चाहना तुसी होर करो। हालेलुया। की करो भला, तुसी होर करो, ताकि जदों तुसी किसे नाल करोगे ते फिर जदों तुसी प्रार्थना दे विच बैठोगे ते फिर ओ तुहाडे लई करूगा। हालेलुया। जे तुसी किसे दा बेड़ा गर्क करना चाहोगे, जे तुसी किसे दा बुरा चाहोगे, जे तुसी किसे दी बुराई दे वास्ते कुछ करोगे ते फिर ओ भी करूगा भला। कहिंदा जो कुछ तू गुप्त दे विच करदा आ, बदले विच मैं तेरे नाल उही कुछ, ते जे हुण गुप्त दे विच असी किसे दी उन्नति तरक्की दे वास्ते बैठे हैं ते फिर वह भी की करूगा भला, साडी उन्नति ते तरक्की दे वास्ते, ते जे गुप्त दे विच असी प्लानिंगां करदे फिर वह की करूगा। इस करके 14 च लिखा, और हे भाइयो हम तुम्हें समझाते हैं कि जो ठीक चाल नहीं चलते उनको समझाओ। क्यों जी, समझाना कि भला, जेडे ठीक चाल नहीं चलते उन्हें की करना भला, तो जे असी ना समझाइए, हां जी, तो असं की करते हैं, कोई नहीं इन कर जिदन फिर उदन पुछांगे इन, हां जी, एरा पहला हो लो काम ए, बाद जो भूजे मुह डिगा होगा फिर इन फिर जाके पुछांगे, पर बच्चे की कहना भला,
ਕਹਿੰਦਾ ਇੱਕ ਦੂਸਰੇ ਕੀ ਕਰੋ ਭਲਾ ਸਮਝਾਓ ਤੇ ਜਿਹੜੇ ਠੀਕ ਚਾਲ ਨਹੀਂ ਚੱਲਦੇ ਉਹਨਾਂ ਨੂੰ ਕੀ ਕਰੋ ਭਲਾ ਸਮਝਾਓ ਹਾਲੇਲੂਇਆ ਕਾਇਰੋਂ ਕੋ ਡਾਂਸ ਦੋ ਕੀ ਕਰੋ ਜੀ ਭਲਾ ਇਹ ਤੇ ਸ਼ਬਦ ਕਾਇਰ ਜਿਹੜਾ ਉਹ ਗਲਤ ਹੈ ਵੈਸੇ ਜਿਹੜੇ ਕੰਮ ਦਿਲੇ ਕਮਜ਼ੋਰ ਲੋਕ ਆ ਉਹਨਾਂ ਨੂੰ ਕੀ ਦੋ ਭਲਾ ਉਹਨਾਂ ਨੂੰ ਹੌਸਲਾ ਦਿਓ ਉਹਨਾਂ ਦੇ ਹੌਸਲੇ ਨੂੰ ਤੋੜੋ ਨਾ ਇਹ ਪਰਮੇਸ਼ਵਰ ਦਾ ਨਿਯਮ ਆ ਪ੍ਰਾਰਥਨਾਵਾਂ ਦੇ ਵਿੱਚ ਜਿਹੜੇ ਵਿਘਨ ਆ ਨਾ ਉਹ ਇਹਨਾਂ ਚੀਜ਼ਾਂ ਦਾ ਕਰਕੇ ਆ ਸਾਡੇ ਜੀਵਨ ਦੇ ਵਿੱਚ ਇਹ ਸਭ ਕੁਛ ਕੀ ਚੱਲਦਾ ਭਲਾ ਉਲਟਾ ਚੱਲਦਾ ਤੇ ਫਿਰ ਪਰਮੇਸ਼ਵਰ ਹੀ ਸਾਡੇ ਨਾਲ ਉਲਟਾ ਚੱਲਦਾ ਤੇ ਜੇ ਅਸੀਂ ਇਹ ਨਿਯਮਾਂ ਦੇ ਨਾਲ ਸਿੱਧਾ ਚੱਲਾਂਗੇ ਤੇ ਪਰਮੇਸ਼ਵਰ ਸਾਡੇ ਨਾਲ ਫਿਰ ਸਿੱਧਾ ਹੀ ਚੱਲੂਗਾ ਨਿਰਬਲੋਂ ਕੋ ਸੰਭਾਲੋ ਜਿਹੜੇ ਤੁਹਾਡੇ ਵਿੱਚ ਨਿਰਬਲ ਆਉਣਾ ਕੀ ਕਰੋ ਭਲਾ ਸੰਭਾਲੋ ਸਭ ਕੀ ਔਰ ਸਹਿਣਸ਼ੀਲਤਾ ਦਿਖਾਓ ਕੀ ਦਿਖਾਉਣੀ ਭਲਾ ਬੋਲੋ ਸਾਨੂੰ ਕੀ ਦਿਖਾਉਣੀ ਭਲਾ ਤੇ ਜਿੱਥੇ ਸਹਿਣਸ਼ੀਲਤਾ ਦਿਖਾਉਣ ਦੀ ਵਾਰੀ ਆਉਂਦੀ ਉੱਥੇ ਅਸੀਂ ਉੱਥੇ ਅਸੀਂ ਬਿਲਕੁਲ ਫੇਲ ਹੁੰਦੇ ਹਾਂ ਇਸ ਕਰਕੇ ਟੀਮ ਦਾ ਹੋਣਾ ਜਿਹੜਾ ਕੀ ਹੈ ਭਲਾ ਜ਼ਰੂਰੀ ਹੈ ਟੀਮ ਦੇ ਵਿੱਚ ਸਭ ਤੋਂ ਵੱਧ ਫਾਇਦਾ ਕੀ ਹੁੰਦਾ ਨੰਬਰ ਇੱਕ ਬਰਕਤ ਹੋਰ ਟੀਮ ਦਾ ਫਾਇਦਾ ਸਾਰੀਆਂ ਗੱਲਾਂ ਸਹੀ ਹੈ ਬੋਲੋ ਟੀਮ ਦੇ ਨਾਲ ਕੀ ਹੁੰਦਾ ਭਲਾ ਅੰਬਾਨੀ ਦੇ ਪੱਲੇ ਕੁਛ ਨੀ ਗਾ ਜਿਹਨੂੰ ਕਹਿਣ ਡੇ ਜੀ ਉਹ ਜੀ ਭਾਰਤ ਦਾ ਜਾਂ ਦੁਨੀਆਂ ਦਾ ਪੰਜਵੇਂ ਨੰਬਰ ਦਾ ਜਾਂ ਸੱਤਵੇਂ ਨੰਬਰ ਦਾ ਤੀਜੇ ਨੰਬਰ ਦਾ ਉਹ ਸਾਡੇ ਨਾਲ ਗਰੀਬ ਆ ਪੱਲੇ ਪੁੱਲੇ ਦੇ ਕੁਛ ਨੀ ਗਾ ਉਹ ਕੀ ਹੈ ਭਲਾ ਉਹ ਸ਼ੇਅਰ ਬਾਜ਼ਾਰ ਦਾ ਪੈਸਾ ਉਹਦੇ ਕੋਲ ਸਾਰਾ ਹੀ ਉਹਦਾ ਆਪਣਾ ਕੋਈ ਕੋਲ ਕੁਛ ਵੀ ਅੱਜ ਉਹ ਸਾਰੇ ਸ਼ੇਅਰ ਬਾਜ਼ਾਰ ਕਹਿੰਦੇ ਸਾਡੇ ਪੈਸੇ ਵਾਪਸ ਕਰ ਦਿਓ ਤੇ ਉਹ ਸਾਡੇ ਵਾਂਗੂ ਸਕੂਟਰ ਤੇ ਹੋਣਾ ਫਿਰ ਤੇ ਉਹਨੂੰ ਦੁਨੀਆਂ ਦੇ ਚੌਥੇ ਪੰਜਵੇਂ ਨੰਬਰ ਦਾ ਅਮੀਰ ਬਣਾਇਆ ਤੇ ਕਿਹਨੇ ਵਾਲਾ ਬਣਾਇਆ ਬੋਲੋ ਸਾਨੂੰ ਕਿਹਨੇ ਬਣਾਇਆ ਜੀ ਟੀਮ ਵਰਕ ਆ ਇਹ ਜਿੰਨੇ ਵੀ ਤੁਸੀਂ ਦੇਖਦੇ ਹੋ ਨਾ ਜੋ ਟਾਟਾ ਬਿਰਲਾ ਕੀ ਤੇ ਅੰਬਾਨੀ ਕੀ ਤੇ ਅੰਡਾਨੀ ਕੀ ਤੇ ਇੱਥੇ ਦੇ ਟੈਸਲਾ ਕੀ ਤੇ ਇੱਥੇ ਐਮਾਜੋਨ ਕੀ ਹੈ ਭਲਾ ਕੀ ਹੈ ਭਲਾ ਐਮਾਜੋਨ ਨੇ ਤੇ ਇੱਕ ਸੋਫਟਵੇਅਰ ਬਣਵਾਇਆ ਸੀ ਹਾਂਜੀ ਇੱਕ ਸਾਈਟ ਉਹਨੇ ਬਣਾਈ ਆ ਤੇ ਅਗਲੇ ਨੇ ਉਹ ਤੋਂ ਕੰਮ ਸ਼ੁਰੂ ਕੀਤਾ ਤੇ ਉਹ ਤੇ ਘਰੇ ਹੀ ਹੁੰਦਾ ਕੰਮ ਕੌਣ ਕਰਦੇ ਭਲਾ ਬੋਲੋ ਸਾਨੂੰ ਕੰਮ ਕੌਣ ਕਰਦੇ ਆ ਟੀਮ ਕਰਦੀ ਹੈ ਤੇ ਤੁਹਾਨੂੰ ਟੀਮ ਮੇਰੇ ਕੋਲ ਤੇ ਇੰਨੀ ਮੁਬਾਰਕ ਹੈ ਟੀਮ ਮੈਂ ਇਹਨਾਂ ਲਈ ਰੱਬ ਦਾ ਬਹੁਤ ਧੰਨਵਾਦ ਕਰਦਾ ਵੀ ਜਿੰਨਾ ਇਹ ਕੰਮ ਕਰਦੇ ਨਾ ਉਹਦਾ ਹੀ ਰਿਜ਼ਲਟ ਆ ਸਾਰਾ ਹਾਂਜੀ ਉਹਦਾ ਹੀ ਰਿਜ਼ਲਟ ਆ ਵੀ ਇੰਨਾ ਲਗਨ ਦੇ ਨਾਲ ਕੰਮ ਕਰਦੇ ਨਾ ਜਦੋਂ ਇਹਨਾਂ ਨੂੰ ਕੋਈ ਕਹੀਦਾ ਉਦੋਂ ਇਹਨਾਂ ਦੇ ਅੰਦਰ ਗੈਰਤ ਬੜੀ ਜ਼ਿਆਦਾ ਹੈ ਉਦੋਂ ਇਹ ਚਾਹੁੰਦੇ ਹੁਣ ਕੁਛ ਕਰਜ ਗੁਜਰਨਾ ਤੇ ਬਸ ਉਹ ਪਾਣੀ ਦੇ ਬੁਲਬੁਲੇ ਵਾਂਗੂ ਹੀ ਆ ਜਿਹਦੀ ਉਮਰ ਬਹੁਤ ਥੋੜੀ ਹੁੰਦੀ ਹੈ ਇਹ ਮੇਰੇ ਕੋਲ ਲੈ ਗਏ ਜਿਹੜਾ ਮੈਂ ਕੰਮ ਇਹਨਾਂ ਨੂੰ ਲਾਇਆ ਨਾ ਮੈਂ ਕਿਹਾ ਲਿਜਾਈਓ ਤੇ ਇਹਨੂੰ ਵਫਾਦਾਰੀ ਦੇ ਨਾਲ ਪ੍ਰਭੂ ਨੂੰ ਸਾਕਸ਼ੀ ਮੰਨ ਕੇ ਵੰਡਣਾ ਇਹਨਾਂ ਨਿਆਣਿਆਂ ਨੂੰ ਖੇਡਣ ਲਈ ਦੇ ਤੇ ਮੈਂ 80,000 ਰੁਪਇਆ ਆਪਣੀ ਹੱਕ ਹਲਾਲ ਦੀ ਮਿਹਨਤ ਦਾ ਲਾ ਕੇ ਉਹ ਬਣਾ ਕੇ ਲਿਆਂਦੇ ਆ ਫਿਰ ਉਹ ਟੈਚੀ ਇੱਕ ਵੱਖਰਾ ਬਣਾਇਆ ਜਿਹੜਾ $200 ਮੈਂ ਭਰ ਕੇ ਇੱਥੇ ਲੈ ਕੇ ਆਇਆ ਕਿਸੇ ਨੇ ਇਹ ਤੇ ਕਿਹਾ ਨੀ ਵੀ ਹਾਂਜੀ ਪੈਸੇ ਕਿੰਨੇ ਲੱਗੇ ਤੁਹਾਨੂੰ ਦਈਏ ਉਲਟਾ ਜਿਹੜੇ ਮੈਂ ਦਿੱਤੇ ਨਾ ਉਹਨੂੰ ਵੀ ਨਿਆਣਿਆਂ ਨੂੰ ਖੇਡਣ ਲਈ ਦੇ ਦਿੱਤਾ ਤੇ ਬਾਅਦ ਵਿੱਚ ਖੁਸਰਫੁਸ ਕੀ ਕਰਨੀ ਹੈ ਲੋ ਜੀ ਚੰਗੇ ਕਲਾਮ ਨੂੰ ਕੀ ਕਰਨਾ ਵੱਡੇ ਗਿਆਨ ਨੂੰ ਕੀ ਕਰਨਾ 10 ਸਾਲ ਹੋ ਗਏ ਉਹ 2.5 ਕਟੋਟਰ ਹੁੰਦੇ ਆ ਜਵਾਬ ਕਿਉਂ ਨਾ ਭਲਾ ਉਹੀ 2.5 ਕਟੋਟਰ ਹੁੰਦੇ ਆ ਉਹੀ ਅੱਧਾ ਕੁ ਚਰਚ ਖਾਲੀ ਹੁੰਦਾ ਬੈਂਚਾਂ ਖਾਲੀ ਹੁੰਦੀਆਂ ਕਈ ਵਾਰੀ ਤੇ 5-10 ਜਣੇ ਹੁੰਦੇ ਇਹ 5-10 ਹੀ ਰਹਿਣੇ ਜਿੰਨੀ ਤੁਸੀਂ ਮਿਹਨਤ ਕਰਦੇ ਪਏ ਆ ਇਹ ਵੀ ਰੱਬ ਨੇ ਆਪਣੇ ਕਿਤੇ ਜਲਾਲ ਦੇ ਲਈ 5-7 ਰੱਖੇ ਹੋਏ ਆ ਨਹੀਂ ਤੇ ਇਹ ਵੀ ਜਾਂਦੇ ਲੱਗਣੇ ਆ ਕਿਉਂ ਕਿਉਂਕਿ ਸਾਡੇ ਵਿੱਚ ਟੀਮ ਵਰਕ ਹੈ ਟੀਮ ਵਰਕ ਹੈਗਾ ਹੀ ਨਹੀਂ ਸਾਨੂੰ ਆਪੋ ਆਪਣੀ ਪਈ ਹੈ ਵੀ ਅਸੀਂ ਕਿਸੇ ਤਰ੍ਹਾਂ ਆਪਣਾ ਆਪ ਕੁਛ ਆਪਣਾ ਕੁਛ ਬਣਾ ਲਈਏ ਤੇ ਮੈਂ ਤੁਹਾਨੂੰ ਵਾਰ ਵਾਰ ਦੱਸਦਾ ਹਾਂ ਪ੍ਰਭੂ ਯਸੂ ਮਸੀਹ ਦਾ ਆਉਣਾ ਹੁਣ ਦੇਰ ਨਹੀਂ ਆ ਅਬ ਆਨੇ ਵਾਲਾ ਆਏਗਾ ਕੁਛ ਦੇਰ ਇਹ ਤੇ ਹੁਣ ਤੇ ਏਦਾਂ ਦਾ ਜੀਵਨ ਜੀਓ ਵੀ ਅੱਜ ਦਾ ਦਿਨ ਹੀ ਰੈਪਚਰ ਦਾ ਦਿਨ ਹੋ ਸਕਦਾ ਹੈ ਹੁਣ ਕੋਈ ਜ਼ਿਆਦਾ ਸਮਾਂ ਨਹੀਂ ਹੈ ਦੁਨੀਆਂ ਦੇ ਇਤਿਹਾਸ ਦੇ ਵਿੱਚ ਦੂਜੀ ਐਸੀ ਘਟਨਾ ਅਮੈਰੀਕਾ ਦੇ ਵਿੱਚ ਵਾਪਰੀ ਹੈ ਕੀ ਤੁਹਾਨੂੰ ਕਿਸੇ ਨੂੰ ਪਤਾ 35 ਦੇ ਦਿਨ ਤੋਂ ਲੈ ਕੇ ਤੇ ਉਸ ਦਿਨ ਤੱਕ ਜਿਹੜੀ ਇੱਥੇ ਘਟਨਾ ਵਾਪਰੀ ਅਮੈਰੀਕਾ ਵਿੱਚ ਤੁਹਾਨੂੰ ਤੁਸੀਂ ਕਿੰਨੇ ਲੋਕ ਜਾਣਦੇ ਹੋ ਅਮੈਰੀਕਾ ਦੇ ਵਿੱਚ ਰਹਿੰਦੇ ਹੋ ਤੁਸੀਂ ਅਮੈਰੀਕਾ ਤੋਂ ਬਾਹਰ ਰਹਿਣ ਵਾਲੇ ਲੋਕ ਅਮੈਰੀਕਾ ਵਿੱਚ ਆ ਗਏ ਉਸ ਘਟਨਾ ਨੂੰ ਜਾਣ ਕੇ ਤੇ ਤੁਹਾਨੂੰ ਮੇਰਾ ਖਿਆਲ ਪਤਾ ਨਹੀਂ ਹੈ ਇੱਥੇ ਕੋਈ ਕੰਟਕੀ ਸ਼ਹਿਰ ਉੱਥੇ ਦੀ ਆਬਾਦੀ ਜਿਹੜੀ ਹੈ ਉਹ 6,000 ਆ ਉੱਥੇ ਇੱਕ ਯੂਨੀਵਰਸਿਟੀ ਹੈ ਉੱਥੇ ਦੇ ਜਵਾਨ ਮੁੰਡੇ ਕੁੜੀਆਂ ਨੇ ਫੈਸਲਾ ਲਿਆ ਵੀ ਜਿਹੜੇ ਹਾਲਾਤ ਆ ਨਾ ਇਹ ਠੀਕ ਨੇਗੇ ਤੇ ਬਾਈਬਲ ਦੀਆਂ ਗੱਲਾਂ ਜਿਹੜੀਆਂ ਸਾਰੀਆਂ ਸੱਚੀਆਂ ਹੋ ਰਹੀਆਂ
ਤੇ ਜਿੱਦਣ ਤੁਰਕੀ ਦਾ ਹਾਲ ਮਸਲਾ ਮਸਲਾ ਬਣਿਆ ਨਾ ਤੇ ਉਹਨਾਂ ਨੇ ਫੈਸਲਾ ਲਿਆ ਵੀ ਕਿਉਂ ਨਾ ਆਪਾਂ ਇੱਕ ਪ੍ਰਾਰਥਨਾ ਗਰੁੱਪ ਬਣਾਈਏ। ਇੱਥੇ ਦੇ ਲੋਕ ਜਿਹੜੇ ਖੁਦਾ ਤੋਂ ਪਰੇ ਹੋ ਚੁੱਕੇ ਆ, ਜਿਹੜੇ ਪਾਪ ਦੇ ਵਿੱਚ ਪੂਰੇ ਗੁੰਮ ਹੋ ਚੁੱਕੇ ਆ, ਜਿਹਨਾਂ ਨੂੰ ਪਾਪ ਕਰਨ ਤੋਂ ਬਿਨਾਂ ਕੋਈ ਹੋਰ ਕੰਮ ਹੀ ਨਹੀਂ ਗਾ, ਉਹੋ ਜਿਹੇ ਲੋਕਾਂ ਦੇ ਵਿੱਚ ਇੱਕ ਜਜ਼ਬਾ ਆਇਆ ਤੇ ਉਹਨਾਂ ਨੇ ਉੱਥੇ ਪ੍ਰਾਰਥਨਾ ਸ਼ੁਰੂ ਕੀਤੀ। ਤੇ ਪ੍ਰਾਰਥਨਾ ਜਦੋਂ ਸ਼ੁਰੂ ਕੀਤੀ ਤੇ ਉਸੇ ਤਰੀਕੇ ਦੇ ਨਾਲ ਉੱਥੇ ਅੱਗ ਉਤਰੀ ਜਿਵੇਂ 35 ਦੇ ਦਿਨ ਉਤਰੀ ਸੀ। ਉਹ ਜਦੋਂ ਗੱਲ ਉੱਥੇ ਘੁੰਮੀ ਤੇ ਵੱਖਰੇ ਵੱਖਰੇ ਦੇਸ਼ਾਂ ਤੋਂ ਜਵਾਨ ਲੋਕਾਂ ਦੇ ਗਰੁੱਪ ਆਉਣੇ ਸ਼ੁਰੂ ਹੋ ਗਏ, ਫਿਰ ਫੈਮਲੀ ਨੇ ਫੈਮਲੀਆਂ, ਉਸ ਸ਼ਹਿਰ ਦੀ ਇੰਨੀ ਕਪੈਸਿਟੀ ਵੀ ਨਹੀਂ ਸੀ ਇੰਨੇ ਲੋਕਾਂ ਰੱਖਣ ਦੀ, ਤੇ 20,000 ਬੰਦਾ ਬਾਹਰਲੇ ਪਾਸਿਓਂ ਆ ਗਿਆ ਉੱਥੇ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਹੋਣ ਲਈ। ਆਖਿਰਕਾਰ ਸਰਕਾਰ ਨੂੰ ਬੈਨ ਲਾਉਣਾ ਪਿਆ ਵੀ ਨਹੀਂ ਹੁਣ ਮਤਲਬ ਸ਼ਹਿਰ ਦੇ ਵਿੱਚ ਇੰਨੇ ਲੋਕਾਂ ਨੂੰ ਰੱਖਣ ਦਾ ਬੰਦੋਬਸਤ ਨਹੀਂ ਗਾ, ਤੇ ਉਹਨਾਂ ਨੇ ਹੁਣ ਬੈਨ ਲਾਤਾ ਵੀ ਨਹੀਂ, ਜ਼ਿਆਦਾ ਲੋਕ ਨਹੀਂ ਆ ਸਕਦੇ। ਤੁਸੀਂ ਗਏ ਉੱਥੇ ਪ੍ਰਾਰਥਨਾ ਕਰਨ? ਸਿਸਟਰ ਵਿਨੀਤ ਹੋਣੀ ਜਿਹੜਾ ਕੈਨੇਡਾ ਮੈਂ ਜਾਂਦਾ ਆ, ਉਹ ਪੂਰੀ ਫੈਮਿਲੀ ਉਸ ਉਹਦੇ ਵਿੱਚ ਸ਼ਾਮਿਲ ਵੀ ਹੋ ਕੇ ਚਲੇ ਵੀ ਗਏ ਆਪਣੇ ਆਪਣੇ ਹਿੱਸੇ ਦੀ ਪ੍ਰਾਰਥਨਾ ਕਰਕੇ। ਅਸੀਂ ਕਿੱਥੇ ਖੜੇ? ਤੇ ਇਹ ਉਹੋ ਹੀ ਕੰਮ ਹੋਣਾ ਫਿਰ ਵੀ ਜਦੋਂ ਕੰਮ ਦਾ ਟਾਈਮ ਹੋਣਾ ਨਾ, ਉਦੋਂ ਮਸ਼ਾਲਾਂ ਚ ਤੇਲ ਹੀ ਹੋਣਾ, ਤੇਲ ਹੀ ਨੀ ਹੋਣਾ। ਤੇ ਆਪਣੀਆਂ ਤੇ ਵੈਸੇ ਕਦੇ ਜਗੀਆਂ ਨੀ ਸੀ, ਹਾਂਜੀ ਆਪਣੀਆਂ ਤੇ ਕਦੇ ਜਗੀਆਂ ਹੀ ਨੀ ਸੀ। ਤੇ ਇਹੋ ਜਿਹੀਆਂ ਬੁਝੀਆਂ ਹੋਈਆਂ ਮਿਸਾਲਾਂ ਨੂੰ ਲੈਣ ਨਹੀਂ ਆ ਰਿਹਾ, ਕਹਿੰਦਾ ਤੁਹਾਡੇ ਲੱਕ ਬੰਨੇ ਤੇ ਤੁਹਾਡੇ ਦੀਵੇ ਜਗਦੇ ਰਹਿਣ। ਇਸ ਲਈ ਹੁਣ ਉਹ ਸਮਾਂ ਹੈ ਕਿ ਟੀਮ ਵਰਕ ਕਰੋ। ਮੈਂ ਤੁਹਾਨੂੰ ਬਾਰ ਬਾਰ ਚੇਤਾਵਨੀ ਦਿੰਦਾ ਆ, ਕੀ ਕਰਦਾ ਭਲਾ ਮੈਂ ਇਹ ਚੇਤਾਵਨੀ ਦਿੰਦਾ, ਮੈਨੂੰ ਕੋਈ ਫਰਕ ਨਹੀਂ, ਮੈਂ ਆਪਣੇ ਹਿੱਸੇ ਦਾ ਕਰੀ ਜਾ ਰਿਹਾ। ਪਰ ਤੁਹਾਡੇ ਵਿੱਚੋਂ ਕੋਈ ਰਿਸਪੋਂਸ, ਕਿਸੇ ਤਰ੍ਹਾਂ ਦਾ ਵੀ ਕੋਈ ਰਿਸਪੋਂਸ ਮਿਲ ਰਿਹਾ ਨਹੀਂ ਹੈ। ਇਹਦੀ ਸਜ਼ਾ ਆ ਬਾਈਬਲ ਦੇ ਅਨੁਸਾਰ, ਜੋ ਤੂੰ ਕਰ ਸਕਦਾ ਹੈ ਜੇ ਨਹੀਂ ਕਰਦਾ ਤੇ ਪਾਪ ਕਰਦਾ ਹੈ। ਤੇ ਹੁਣ ਆਪੋ ਆਪਣੇ ਉੱਤੇ ਧਿਆਨ ਮਾਰੋ, ਅਸੀਂ ਕੀ ਕਰ ਸਕਦੇ ਹਾਂ ਸੇਵਕਾਈ ਦੇ ਵਿੱਚ ਪ੍ਰਭੂ ਦੀ ਇਸ ਖੁਸ਼ਖਬਰੀ ਨੂੰ ਲੋਕਾਂ ਤੱਕ ਲਿਜਾਣ ਦੇ ਲਈ। ਪ੍ਰਭੂ ਸਾਨੂੰ ਇਸ ਸ਼ਹਿਰ ਦੇ ਵਿੱਚ ਲੈ ਕੇ ਆਇਆ, ਇਸ ਸ਼ਹਿਰ ਨੇ ਸਾਨੂੰ ਬਹੁਤ ਕੁਛ ਦਿੱਤਾ ਜਿਹਦੀ ਅਸੀਂ ਇੰਡੀਆ ਵਿੱਚ ਰਹਿ ਕੇ ਉਮੀਦ ਕਰ ਸਕਦੇ। ਅਸੀਂ ਇਸ ਸ਼ਹਿਰ ਦੇ ਵਿੱਚ ਆ ਕੇ ਪ੍ਰਭੂ ਦੀ ਸੇਵਾ ਦੇ ਲਈ ਕੀ ਕੀਤਾ? ਜਿਹੜਾ ਖੁਦਾ ਸਾਨੂੰ ਲੈ ਕੇ ਆਇਆ ਉਹਦੇ ਵਾਸਤੇ ਅਸੀਂ ਆਪਣੀ ਕਿਹੜੀ ਜ਼ਿੰਮੇਵਾਰੀ ਨੂੰ ਭੁਗਤਾਇਆ? ਇਹਨਾਂ ਚੀਜ਼ਾਂ ਦੇ ਉੱਤੇ ਥੋੜਾ ਵਿਚਾਰ ਕਰਨ ਦੀ ਲੋੜ ਆ। ਹੁਣ ਸਮਾਂ ਆ ਗਿਆ ਕਿ ਜੇ ਅਸੀਂ ਨਹੀਂ ਕਰ ਸਕੇ ਹੁਣ ਤੱਕ ਟੀਮ ਵਰਕ, ਤੇ ਫਿਰ ਹੁਣ ਤੋਂ ਇਹਨੂੰ ਕੀ ਕਰੀਏ? ਭਲਾ ਹੁਣ ਤੋਂ ਇਹਨੂੰ ਸਟਾਰਟ ਕਰੀਏ। ਤੇ ਸਟਾਰਟ ਦੇ ਵਿੱਚ ਸਭ ਤੋਂ ਕਮਜ਼ੋਰੀ ਮੈਂ ਪਹਿਲਾਂ ਵੀ ਤੁਹਾਨੂੰ ਦੱਸੀ ਸੀਗੀ, ਪਰਮੇਸ਼ੁਰ ਬਹੁਤ ਕੁਛ ਬਰਦਾਸ਼ਤ ਕਰ ਸਕਦਾ, ਲੇਕਿਨ ਜਿਹੜੇ ਅਗਵੇ ਉਹਨੇ ਕਲੀਸਿਆ ਵਿੱਚ ਦਿੱਤੇ ਆ ਉਹਨਾਂ ਦੀ ਤੋਹੀਨ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਇਹ ਲਿਖ ਕੇ ਦਿੱਤਾ ਉਹਨੇ ਬਚਨ ਦੇ ਵਿੱਚ, ਕਿੰਨੀਆਂ ਮੈਂ ਤੁਹਾਨੂੰ ਉਦਾਹਰਣਾਂ ਦੇ ਸਕਦਾ। ਇਸਰਾਇਲੀਆਂ ਦਾ ਨਾਸ਼ ਹੋਣਾ ਵੀ ਮੂਸਾ ਵੀ ਉਹਦੇ ਵਿੱਚ ਬਹੁਤ ਵੱਡਾ ਇੱਕ ਕਾਰਨ ਸੀ ਕਿ ਉਹ ਮੂਸਾ ਦੇ ਨਾਲ ਕੀ ਕਰਦੇ ਸੀ? ਝਗੜਾ ਕਰਦੇ ਸੀ। ਸੋ ਇਸ ਲਈ ਲਿਖ ਕੇ ਦਿੱਤਾ ਵਚਨ ਦੇ ਵਿੱਚ ਵੀ ਤੁਸੀਂ ਆਪਣੇ ਅਗੂਆਂ ਦੇ ਨਾਲ ਕਿੱਦਾਂ ਚੱਲਣਾ। ਮੈਂ ਬੜੀ ਵਾਰੀ ਦੱਸਿਆ ਤੁਹਾਨੂੰ, ਕਦੇ ਵੀ ਅਗੂਏ ਦੇ ਨਾਲ ਮਜ਼ਾਕੀਆ ਟੈਪ ਵਿੱਚ ਵੀ ਕਦੇ ਗਲਤੀ ਦੇ ਨਾਲ ਵੀ ਗੱਲ ਕਰਨੀ, ਮਜ਼ਾਕ ਵੀ ਨਹੀਂ ਕਰਨਾ, ਔਰ ਆਪਣੀ ਸੀਮਾ ਦੇ ਵਿੱਚ ਰਹਿ ਕੇ ਅਗੂਏ ਦੇ ਨਾਲ ਪੇਸ਼ ਆਉਣਾ। ਨਹੀਂ ਤਾਂ ਉਹਨੇ ਉਹਦੇ ਭੈਣ ਭਰਾ ਨੂੰ ਨਹੀਂ ਬਖਸ਼ਿਆ ਖੁਦਾ ਨੇ। ਉਹਨਾਂ ਨੇ ਦਾਅਵਾ ਕੀਤਾ ਮੂਸਾ ਕੋਈ ਜ਼ਿਆਦਾ ਨਹੀਂ, ਉਹਦੀ ਭੈਣ ਕਹਿੰਦੀ ਅਸੀਂ ਵੀ ਉਸੇ ਖੁਦਾ ਦੇ ਵਿੱਚ ਹਾਂ ਅਤੇ ਅਸੀਂ ਵੀ ਉਹਦੇ ਨਾਲ ਹੀ ਚੱਲਦੇ ਹਾਂ। ਕੋੜੀ ਬਣਾ ਕੇ ਰੱਖ ਦਿੱਤਾ ਉਹਨੇ। ਮੂਸਾ ਨੇ ਫਿਰ ਤਰਲੇ ਕੀਤੇ, ਕਹਿੰਦਾ ਪ੍ਰਭੂ ਐਵੇਂ ਇਹਨੂੰ ਹੁਣ ਕਸ਼ਟ ਨਾ ਦੇ। ਕਹਿੰਦਾ ਫਿਰ ਵੀ 7 ਦਿਨ ਡੇਰੇ ਤੋਂ ਕੀ ਰੱਖੋ? ਭਲਾ ਬਾਹਰ ਰੱਖੋ, ਕਿਉਂਕਿ ਮੇਰੇ ਦਾਸ ਦੇ ਖਿਲਾਫ ਬੋਲੀ। ਇਸ ਲਈ ਅਸੀਂ ਕੀ ਚਾਹੀਦਾ? ਪਹਿਲਾਂ ਸਭ ਤੋਂ ਪਹਿਲਾਂ ਅਗਵੇ ਦੇ ਅਧੀਨ ਰਹਿ ਕੇ ਅਗਵੇ ਦੀ ਕੀ ਕਰਨੀ? ਭਲਾ ਸੁਣਨੀ ਹੈ। ਕੀ ਕਰਨੀ ਹੈ ਜੀ? ਅਗਵੇ ਦੇ ਅਧੀਨ ਰਹਿ ਕੇ ਅਗਵੇ ਦੀ ਸੁਣਨੀ, ਅਗਵੇ ਦੀ ਵਿਰੋਧ ਤਾਂ ਨਹੀਂ ਕਰਨੀ। ਉਹਦੇ ਵਿੱਚ ਨੁਕਸਾਨ ਅਗਵੇ ਦਾ ਕੋਈ ਨਹੀਂ। ਮੂਸਾ ਬੇਸ਼ੱਕ ਦੁਨੀਆਂ ਦੇ ਕਨਾਨ ਦੇ ਵਿੱਚ ਨਹੀਂ ਗਿਆ, ਲੇਕਿਨ ਜਿੱਥੇ ਉਹਦੀ ਜਗ੍ਹਾ ਉੱਥੇ ਮੂਸਾ ਤੁਹਾਨੂੰ ਮਿਲੂਗਾ। ਹਾਲੇਲੂਇਆ, ਜਿੱਥੇ ਉਹਦੀ ਜਗ੍ਹਾ ਉੱਥੇ ਮੂਸਾ ਤੁਹਾਨੂੰ ਮਿਲੂਗਾ। ਇਸਰਾਇਲ ਨੂੰ ਮੂਸਾ ਦੀ ਜ਼ਰੂਰਤ ਸੀ, ਔਰ ਰੈਪਚਰ ਤੋਂ ਬਾਅਦ ਮੂਸਾ ਫਿਰ ਇਸਰਾਇਲ ਦੇ ਲਈ ਆਵੇਗਾ। ਇਸ ਲਈ ਇਹ ਚੀਜ਼ਾਂ ਧਿਆਨ ਰੱਖੋ। ਸੇਵਕ ਦਾ ਕਦੇ ਮਜ਼ਾਕ ਨਹੀਂ ਕਰਨਾ, ਸੇਵਕ ਦੇ ਨਾਲ ਸੀਮਤ ਗੱਲਾਂ ਕਰਨੀਆਂ,
सेवक का जिहड़ा बाइबल आदर कहिंदी आ उहदे विच किसे तरह की कोई कमी आनी चाहिए नहीं। असीं इह भी सिख्या कि सेवक की परस्तिश नहीं करनी। ਇਹ ਨਹੀਂ ਹੈ ਵੀ ਤੁਸੀਂ ਸੇਵਕ ਦੇ ਪੈਰੀ ਹੱਥ ਆਓ ਲਾਓ ਆ ਕੇ ਸੇਵਕ ਦੇ ਅੱਗੇ ਲੰਮੇ ਪੈ ਜਾਓ, ਠੀਕ ਹੈ, ਜਾਂ ਉਹਨੂੰ ਬੜੇ ਅੱਛੇ ਅੱਛੇ ਸ਼ਬਦ ਕਹੋ, ਏਦਾਂ ਦੀ ਕੋਈ ਗੱਲ ਨਹੀਂ। ਪ੍ਰਸਤਿਸ਼ ਖੁਦਾ ਦੀ ਆ, ਜਲਾਲ ਖੁਦਾ ਦਾ ਆ, ਮਹਿਮਾ ਖੁਦਾ ਦੀ ਆ, ਇੱਜ਼ਤ ਖੁਦਾ ਦੀ ਆ, ਲੇਕਿਨ ਉਹਨੇ ਜਿਹੜਾ ਤੁਹਾਨੂੰ ਦਿੱਤਾ ਆ ਉਹਦੇ ਨਾਲ ਉਹਨੇ ਇੱਕ ਵਚਨ ਦਿੱਤਾ ਆ, ਜਿਹੜੇ ਤੁਹਾਡੇ ਵਿੱਚ ਅਗਵੇ ਠਹਿਰਾਏ ਗਏ ਆ ਉਹ ਦੁੱਗਣੇ ਆਦਰ ਦੇ ਯੋਗ ਮੰਨੇ ਜਾਣ। ਇਸ ਕਰਕੇ ਕਦੇ ਮਜ਼ਾਕ ਦੇ ਨਾਲ ਵੀ ਭਾਈ ਜੀ ਵੀ ਇੱਕ ਵਾਰੀ ਮੈਨੂੰ ਕਹਿ ਬੈਠੇ ਸੀ, ਕਹਿੰਦੇ ਉਹ ਕਹਿੰਦੇ ਟਿੰਡ ਬੜੀ ਕਹਿੰਦੇ ਲਿਸ਼ਕਦੀ ਆ, ਤੇ ਮੈਂ ਕਿਹਾ ਸੀਗਾ ਵੀ ਉਹਨਾਂ ਨੇ ਕਿਹਾ ਸੀ ਚੜਿਆ ਜਾਂ ਗੰਜੇ ਸਿਰ ਵਾਲਿਆ, ਤੇ ਇਹ ਰੱਬ ਦਾ ਸ਼ੁਕਰ ਕਰੋ ਮੈਂ ਮੂੰਹ ਕੱਢਿਆ ਕੁਛ ਨਹੀਂ, ਤੇ ਪਤਾ ਜਾਣਾ ਸੀ ਅਲੱਗ ਵੀ ਟਿੰਡ ਲਿਸ਼ਕਦੀ ਕਿੰਨੀ ਆ। ਸੋ ਕਦੇ ਵੀ ਮਜ਼ਾਕ ਸੇਵਕ ਦੇ ਨਾਲ ਕਦੇ ਮਜ਼ਾਕ ਨਹੀਂ। ਔਰ ਇਹ ਮੈਂ ਉਹਨਾਂ ਕਲੀਸਿਆਵਾਂ ਚੋਂ ਸਿੱਖ ਕੇ ਆਇਆ ਹੁਣ ਜਿਹਨਾਂ ਦੇ ਬਾਰੇ ਉਲਟੀਆਂ ਸਿੱਧੀਆਂ ਗੱਲਾਂ ਕੀਤੀਆਂ ਜਾਂਦੀਆਂ, ਉੱਥੇ ਜਾ ਕੇ ਸਿੱਖੋ ਸੇਵਕ ਦਾ ਆਦਰ ਕੀ ਹੈ। ਬੇਸ਼ੱਕ ਉਹ ਦੁਨੀਆਂ ਦੀਆਂ ਆਸ਼ਿਸ਼ਾਂ ਪਾਉਣ, ਬੇਸ਼ੱਕ ਤੁਸੀਂ ਉਹਨਾਂ ਨੂੰ ਜੋ ਮਰਜ਼ੀ ਕਹੋ, ਪਰ ਉੱਥੇ ਜਾ ਕੇ ਆਦਰ ਦੇਖੋ ਸੇਵਕ ਦਾ ਆਦਰ ਹੁੰਦਾ ਕੀ ਹੈ। ਅਤੇ ਉਸ ਆਦਰ ਦੇ ਵਜ੍ਹਾ ਦਾ ਕਰਕੇ ਵੀ ਉਹਨਾਂ ਲੋਕਾਂ ਦੇ ਵਿੱਚ ਲੋਕ ਚੰਗਿਆਈਆਂ ਵੀ ਪਾ ਰਹੇ ਆ ਅਤੇ ਆਸ਼ਿਸ਼ਾਂ ਅਤੇ ਬਰਕਤਾਂ ਨੂੰ ਵੀ ਹਾਸਲ ਕਰ ਰਹੇ ਆ। ਇਸ ਲਈ ਵਚਨ ਨਿਯਮ ਆ, ਨਿਯਮ ਜਿਹੜਾ ਆ ਉਹਨੂੰ ਅਸੀਂ ਫਾਲੋ ਕਰਨਾ ਹੈ। ਟੀਮ ਵਰਕ ਜ਼ਰੂਰੀ ਹੈ, ਜੇ ਟੀਮ ਵਰਕ ਨਹੀਂ ਹੈ ਤਾਂ ਸੇਵਕਾਈ ਕਦੇ ਵੀ ਅੱਗੇ ਵੱਧ ਸਕਦੀ, ਸੇਵਕਾਈ ਅੱਗੇ ਨਹੀਂ ਵੱਧ ਸਕਦੀ। ਅਤੇ ਤੁਹਾਡੇ ਵੱਲੋਂ ਕੁਛ ਵੀ ਕੀਤਾ ਜਾ ਰਿਹਾ ਇਹ ਹੁਣ ਤੁਸੀਂ ਫੈਸਲਾ ਕਰਨਾ, ਸੇਵਕਾ ਸੇਵਾ ਦੇ ਕੰਮ ਦੇ ਵਿੱਚ ਤੁਸੀਂ ਕੀ ਕਰਨਾ। ਇਹ ਇਕੱਲੇ ਸੇਵਕ ਦੀ ਜ਼ਿੰਮੇਵਾਰੀ, ਸੇਵਕ ਦੀ ਜ਼ਿੰਮੇਵਾਰੀ ਨਹੀਂ। ਤਾਂ ਸਮਾਂ ਹੁਣ ਨਜ਼ਦੀਕ ਆ, ਇਸ ਲਈ ਲਿਖਿਆ ਵੀ ਭਿੜ ਦੇ ਗੋਡਿਆਂ ਨੂੰ ਕੀ ਕਰੋ ਭਲਾ, ਹੁਣ ਸਿੱਧਿਆਂ ਕਰੋ, ਅਤੇ ਢਿੱਲੇ ਹੱਥਾਂ ਨੂੰ ਕੀ ਕਰੋ ਤਕੜਿਆਂ ਕਰੋ, ਤਾਂ ਕਿ ਅਸੀਂ ਪ੍ਰਭੂ ਲਈ ਕੀ ਕਰੀਏ ਭਲਾ ਕੁਛ। ਹਾਂਜੀ ਬਿਲਕੁਲ, ਆ ਜਿਹੜੇ ਤੁਸੀਂ 18-18 ਘੰਟੇ ਲਾਉਂਦੇ ਹੋ ਨਾ ਆਪਣੇ ਲਈ, ਇਹਨਾਂ ਵਿੱਚੋਂ ਘੰਟੇ ਚੁਣੋ ਹੁਣ ਜਿਹੜੇ ਪ੍ਰਭੂ ਦੇ ਲਈ ਵੀ ਲਾਉਣੇ ਆ, ਠੀਕ ਹੈ। ਬਾਅਦ 'ਚ ਇਹ ਨਾ ਹੋਵੇ ਘਰ ਬਿਠਾਵੇ ਉਹ, ਅਤੇ ਫਿਰ ਕੋ ਪਾਤਸ਼ਾਹ ਨੂੰ ਦੁਆ ਕਰੋ, ਠੀਕ ਹੈ, ਅਤੇ ਫਿਰ ਟੀਮ ਚੇਤੇ ਆਵੇ, ਅਤੇ ਫਿਰ ਟੀਮ ਨੇ ਤਾਂ ਆ ਜਾਣਾ ਪਰ ਪ੍ਰਭੂ ਨੇ ਗੁੱਸੇ ਹੋ ਜਾਣਾ, ਸਮਝ ਰਹੇ ਮੇਰੀ ਗੱਲ ਨੂੰ। ਇਸ ਲਈ ਹੁਣ ਜਿਹਦਾ ਵੀ ਜੋ ਫਰਜ਼ ਹੈਗਾ, ਮੈਂ ਕਿਸੇ ਨੂੰ ਕੋਈ ਇੱਦਾਂ ਦੀ ਗੱਲ ਕਹਿ ਰਿਹਾ, ਜਿਹਦਾ ਵੀ ਜੋ ਫਰਜ਼ ਹੈਗਾ ਆ ਉਹ ਸੇਵਕਾਈ ਦੇ ਵਿੱਚ ਲੱਗ ਜਾਵੇ, ਕਿਸੇ ਵੀ ਕੁਛ ਵੀ ਕਰੋ ਪਰ ਸੇਵਕਾਈ ਦੇ ਵਿੱਚ ਲੱਗ ਜਾਓ। ਮੈਂ ਤੁਹਾਨੂੰ ਪੋਸਟ ਪਾਈ, ਮੈਂ ਕਿਹਾ ਇਹਨੂੰ ਸ਼ੇਅਰ ਕਰਿਆ ਕਰੋ, ਕਿੰਨਿਆਂ ਨੇ ਕੀਤੀ ਰੋਇਲ ਚਰਚ ਦੇ ਵਿੱਚੋਂ? ਹਾਂਜੀ, ਸਾਰਿਆਂ ਦੇ ਫੇਸਬੁੱਕ ਅਕਾਊਂਟ ਹੈਗੇ ਨਾ, ਅਤੇ ਕਿੰਨਿਆਂ ਨੇ ਕੀਤੀ, ਹੱਥ ਖੜੇ ਕਰੋ। ਹਾਂਜੀ, ਆ ਇੰਨਾ ਸੇਵਾ ਦਾ ਕੰਮ ਕਰਦੇ ਆ, ਅਤੇ ਜਦੋਂ ਭਜਨ ਗਾਇਆ ਜਾਂਦਾ ਸੇਵਾ ਦੇ ਮੈਦਾਨ ਵਿੱਚ ਜੇ ਕਿਸੇ ਦਿਨ। ਹਾਂਜੀ, ਕਿਹੜੇ ਸੇਵਾ ਦੇ ਮੈਦਾਨ ਦੇ ਵਿੱਚੋਂ ਜੀ? ਮੈਂ ਸੌਂਦਾ ਹੀ ਨਹੀਂ ਹਾਂ, ਰਾਤ ਰਾਤ 4-4 5-5 ਵੱਜ ਜਾਂਦੇ, ਦੇਹ ਤੇਰੇ ਪੋਸਟ ਬਣਾ ਕੁਛ ਕਰ ਕਿਸੇ ਨਾ ਕਿਸੇ ਤਰ੍ਹਾਂ, ਕਿਉਂ ਭਲਾ? ਮੈਂ ਇੱਕੋ ਗੱਲ ਸਿੱਖੀ, ਪ੍ਰਭੂ ਦੇ ਵਿੱਚ ਕੀਤੀ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਕੀ ਹੈ ਭਲਾ? ਪ੍ਰਭੂ ਦੇ ਵਿੱਚ ਕੀਤੀ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਮੈਨੂੰ ਇੱਥੇ ਆਤਮਾ ਨੇ ਦੱਸਿਆ ਸੀਗਾ, ਅਤੇ ਮੈਂ ਇਹਨੂੰ ਯੂਟਿਊਬ ਸੋਸ਼ਲ ਮੀਡੀਆ 'ਤੇ ਜਿਹੜੇ ਪ੍ਰਚਾਰ ਕਰਨੇ ਸ਼ੁਰੂ ਕੀਤੇ, ਬੇਸ਼ੱਕ ਇੱਥੇ ਮੇਰੇ ਅੱਗੇ 2.5 ਟੋਟਰੂ ਬੈਠੇ ਹੋਣ, ਲੇਕਿਨ ਦੁਨੀਆਂ ਦੀਆਂ ਕਹਿੰਦੀਆਂ ਕਹਾਉਂਦੀਆਂ ਮਨਿਸਟਰੀਆਂ ਜਿੰਨੇ ਲੋਕ ਮੇਰੇ ਨਾਲ ਜੁੜੇ ਹੋਏ, ਦੁਨੀਆਂ ਦਾ ਕੋਈ ਦੇਸ਼ ਐਸਾ ਨਹੀਂ, ਦੁਨੀਆਂ ਦਾ ਕੋਈ ਕਸਬਾ ਐਸਾ ਨਹੀਂ ਜਿੱਥੇ ਇੰਡੀਅਨ ਪਾਕਿਸਤਾਨੀ ਕ੍ਰਿਸਚਨ ਹੋਵੇ ਅਤੇ ਉਹ ਮੈਨੂੰ ਨਾ ਜਾਣਦਾ ਹੋਵੇ। ਔਰ ਕਿਸ ਵਜ੍ਹਾ ਕਰਕੇ? ਇਸ ਲਈ ਨਹੀਂ ਕਿ ਮੈਂ ਮੇਰੇ ਦੁਆਰਾ ਕੋਈ ਬਹੁਤ ਵੱਡੇ ਮੌਜੂਜ ਜਾਂ ਚੰਬੇ ਹੋਏ ਆ, ਇਸ ਕਰਕੇ ਖੁਦਾ ਦਾ ਵਚਨ ਉਹਨਾਂ ਦੇ ਪਹੁੰਚਿਆ ਔਰ ਉਹ ਸੁਣਦੇ ਆ ਬੜੀ ਲਗਨ ਦੇ ਨਾਲ। ਇੱਥੇ ਮੇਰਾ ਖਿਆਲ ਤੁਹਾਨੂੰ, ਤੁਸੀਂ ਤਾਂ ਭਾਵੇਂ ਨਾ ਸੁਣਦੇ, ਪਾਕਿਸਤਾਨ 'ਚ ਭੈਣ ਹੋਣੀ ਬੈਠੇ ਆ, ਉਹਨਾਂ ਨੂੰ ਪੁੱਛੋ ਪਾਕਿਸਤਾਨ ਦੇ ਵਿੱਚ ਕਿੰਨੇ ਲੋਕ, ਔਰ ਕਿੰਨਿਆਂ ਦੇ ਡੇਲੀ ਮੈਨੂੰ ਫੋਨ ਆਉਂਦੇ, ਮੈਸੇਜ ਆਉਂਦੇ, ਜਵਾਬ ਨਹੀਂ ਦਿੱਤੇ ਜਾਂਦੇ, ਅਤੇ ਤੁਸੀਂ ਕੀ ਕੀਤਾ? ਤੁਹਾਨੂੰ ਮੈਂ ਕਿਹਾ ਵੀ ਇਹਨੂੰ ਸ਼ੇਅਰ ਹੀ ਕਰਦੇ ਹੋ, ਤਾਂ ਤੁਹਾਡੇ ਕੋਲ ਸ਼ੇਅਰ ਵੀ ਹੋਇਆ, ਅਤੇ ਤੁਸੀਂ ਇੰਨਾ ਨਹੀਂ ਕਰ ਸਕਦੇ ਨਾ, ਅਤੇ ਫਿਰ ਮੈਂ ਨਹੀਂ ਸਮਝਦਾ ਤੁਹਾਡੇ ਲਈ ਕੋਈ ਦੁਆ ਜਿਹੜੀ ਆ ਉਹ ਤੁਹਾਡੇ ਔਖੇ ਵੇਲੇ ਤੁਹਾਡੇ ਕੰਮ ਆ ਜਾਵੇ। ਇਸ ਲਈ ਇੱਥੇ ਨਾ ਧਨ ਇਕੱਠਾ ਕਰੋ, ਉਹਦਾ ਮਤਲਬ ਸਿਰਫ ਇਸ ਧਨ ਦੇ ਨਾਲ ਹੀ ਨਹੀਂ ਹੈ,
धन जिहड़ा बहुत चीजां दा प्रतीक आ। इत्थे दा ही सारा सिस्टम ना लाओ, क्योंकि ए सिस्टम बड़ी जल्दी बिगड़न वाला है, बड़ी जल्दी। ते कख नहीं रहना तुहाडे पल्ले, मैं उदन भी दस्या सीगा, कुछ नहीं किसी दे कोल। साडी कार भी जिहड़ी होनी ना, वह भी साडी अपनी नहीं होनी, कुछ नहीं रहना पल्ले, सब कुछ लै जाना उन्हें। जदों उन्हें प्रगट होना ना, उदों सब कुछ कहदा होना भला, किसी की कोई जमीन नहीं, किसी की कोई जायदाद नहीं, किसी का कोई अकाउंट बैलेंस नहीं, किसी का कुछ नहीं। तुसीं सवेर नूं उठना तो पता लगना साडा सब कुछ किहदे हत्थ चले गया, वो लै गया बस। हुण तो उन्हें कहना इन्हां दे मत्थे ते लाओ मोर, तो जिहदे मत्थे ते मोर होगी उन्हें सिर्फ खाण लई दित्ता जाऊगा, होर कुछ भी। तो फिर इत्थे आने उदों असीं खाते होंदे खीरे मछलियां, तो उदों ये भी मिलनियां मिलनियां नहीं। सुखदा तुहानूं बड़ी आशीष देवे, टीम बना लो, काम करना शुरू कर दिओ प्रभु दे लई। जे चार दिन सुख दे कटने, नहीं तो कोई पता नहीं कदों की होण वाला आ। भुचाल जिहड़े आउंदे ना ये कटने नहीं गे, हुण वचन च लिखिआ आ अंतिम दिनां दे विच इहनां दी जिहड़ी तीरवता आ उह वधणी आ। और यह कदों कित्थे आउणा आ ये किसी नूं कोई पता कोई पता नहीं। अपनी अखां नूं बंद करदे आ, सिरां झुकाउंदे आ, प्रार्थना करदे आ। हालेलुया, धन्यवाद धन्यवाद, तेरा शुक्र हो, धन्यवाद धन्यवाद धन्यवाद। थोड़ी देर दे लई शुक्रगुजारी करिए और आपो अपनी जिंदगी दे उत्ते ध्यान करिए, मैं कित्थे खड़ा हां। हालेलुया, मैं प्रभु दे लई अज तक की कीता है, प्रभु ने मेरे लिए बहुत कुछ किया, मैं जो नहीं भी मंगिया मेरे प्रभु ने मैनू वह भी दिता है। पर मैं अपने प्रभु दे लई की कीता है, मैं अपने प्रभु की सेवा नूं वधाउण दे लई की कीता है, मैं उहदे विच किहड़ा योगदान पाया है, मैं किहड़ा समा उहदे लई कढ़िया है, मैं किहड़ा कर्म उहदे लई कीता तां कि उहदा नाम इस शहर दे विच फैल सके। जे असीं अज तक नहीं कर सके, लिखिया अज भी वेला, जे अज तुसीं यहोवा अपने परमेश्वर की आवाज नूं सुनो ते अपने मनां नूं कठोर ना करो। हालेलुया हालेलुया हालेलुया। इसलिए अज भी यह समा है कि असीं निर्णय लै सकते हैं, और निर्णय जो लवांगे मनां नूं जांचण वाला खुदा साडे मन नूं जांचदा है और वो रिकॉर्ड होवेगी खुदा की हजूरी दे विच। हालेलुया हालेलुया हालेलुया, तेरा शुक्र हो, धन्यवाद हो, धन्यवाद हो। हालेलुया हालेलुया, सेवा हरेक जिंदगी नूं बख्शी है, वेला उन्ने कदे ना किसे नूं रहण दित्ता ना रहण दिंदा है, हरेक नूं उन्ने कोई ना कोई काम दिता, हरेक दी जिंदगी विच कोई ना कोई गुण दिता है, जिहड़ा भी गुण उन्ने तुहाडे अंदर रख्या है उस गुण दे नाल उहदी सेवा दा हिस्सा बण जाई। हालेलुया, तेरा शुक्र हो, शुक्र हो, हर साह दे नाल तेरा शुक्र करा, हर साह दे नाल तेरा शुक्र करा, मेरे शाफी मेरे शाफी मेरे शाफी, हर साह दे नाल तेरा शुक्र करा, हर साह दे नाल तेरा शुक्र करा, मेरे शाफी मन दाह अपने गलती गुना, मन दाह अपने गलती गुना, दे दे माफी मेरे शाफी, 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 दे दे माफी मेरे शाफी। प्यारे खुदावन खुदा, अज जिन्हें भी लोगों ने तेरे वचन मन लगा के सुनिया खुदावंद, हरेक दे अंदर तुसी सामर्थ दा आत्मा दियो खुदावंद, ताकि हरेक जिंदगी तेरी सेवा नूं वधाउण दे विच पूरे जोर दे नाल खुदावंद जो भी तुसी उन्हें च गुण रख्या आ उन्हूं इस्तेमाल करन, और इस शहर दे विच खुदावंद उन्हां लोकां तक तेरा नाम पहुंचे जिन्हां तक अजे तक नहीं पहुंच सकिया। ऐसी टीम बने खुदावन जिहदे विच तेरा पवित्र आत्मा हरेक की अगवाई करे खुदा, और हर बंदा डट जावे ये समझ के हुण मेरा बाकी जीवन तेरे लई आ खुदा। कृपा करो आने वाले समय विच तुहाडी नेक मर्जी नूं मंग लैने आ, कल दी इबादत लई प्रार्थना करदे खुदावन,
तेरे जलाल नूं मंगदे आ, तेरी नेक इच्छा कल दी इबादत पूरी हो। जो भी आना चाहते हैं खुदावंद सारियां रुकावटां दे उत्ते जय पाते हुए तेरे लोग तेरी हजूरी विच आउण और मसीह यसू दे नाम दे विच बरकत नूं पाउण। साडी प्रार्थना सुनो, कबूल करो मसीह यसू दे नाम विच, आमीन। हुण साडे खुदा यसू मसीह दा वचन, खुदा बाप दी मुहब्बत, पागलों दी संगत हुण तों लैके हमेशा तक उहदे तमाम लोकां दे नाल बणी रहे, आमीन। हालेलुया, हालेलुया। खुदा तुहानूं बड़ी आशीष देवे, सब नूं जय मसीह।